ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਲਾਸਟ ਵੀਕ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਨਵਾਂ ਵਾਪਰ ਗਿਆ ਬਹੁਤ ਚੀਜ਼ਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਨੇ ਚਾਹੇ ਉਹ ਵੈਸਟ ਬੰਗਾਲ ਦੇ ਵਿੱਚ ਜਿਹੜੀ ਇਲੈਕਸ਼ਨ ਤੋਂ ਬਾਅਦ ਹਿੰਸਾ ਹੋ ਰਹੀ ਹੈ ਆਰੋਪ ਪ੍ਰਤਿਆਰੋਪ ਲੱਗ ਰਹੇ ਨੇ ਉਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਅਸੀਂ ਆਸ਼ਾ ਕਰਦੇ ਹਾਂ ਕਿਸੇ ਦੀ ਜਾਨ ਨਾ ਜਾਵੇ ਜਿਹੜੀ ਹਿੰਸਾ ਹੋ ਰਹੀ ਹੈ ਉਹ ਬੰਦ ਹੋ ਜਾਵੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗ੍ਰੇਟ ਬ੍ਰਿਟੇਨ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲੱਗਣੀ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਨਾਲ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ ਅਤੇ ਜੰਮੂ ਕਸ਼ਮੀਰ 'ਚ ਬੜੀਆਂ ਨਵੀਆਂ ਚੀਜ਼ਾਂ ਵਾਪਰ ਰਹੀਆਂ ਨੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਡਰੋਨ ਦੇ ਜਿਹੜੇ ਦੇਖੇ ਜਾਣਾ ਹਮਲਾ ਹੋਣਾ ਉਸ ਤੋਂ ਬਾਅਦ ਅੱਜ ਪਠਾਨ ਥੋੜ੍ਹੇ ਚਿਰ ਪਹਿਲਾਂ ਦੀ ਗੱਲ ਹੈ ਪਠਾਨ ਮਿਲਟਰੀ ਬੇਸ ਦੇ ਉੱਤੇ ਬਹੁਤ ਵੱਡਾ ਡਰੋਨ ਜਿਹੜਾ ਮਡਰਾਉਂਦਾ ਆ ਦੇਖਿਆ ਗਿਆ ਨੂੰ ਥੱਲੇ ਵੀ ਲਾਇਆ ਗਿਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਚੰਡੀਗੜ੍ਹ ਆ ਕੇ ਵੱਡੇ ਵੱਡੀਆਂ ਅਨਾਊਂਸਮੈਂਟਾਂ ਕੀਤੀਆਂ ਜਾਣੀਆਂ ਆਸ਼ਾਵਾਂ ਇਹ ਸੀ ਕਿ ਅੱਜ ਉਹ ਪ੍ਰਧਾਨ ਮੰਤਰੀ ਦੇ ਚਿਹਰੇ ਦਾ ਅਨਾਊਂਸ ਕਰਨਗੇ ਪਰ ਉਹਨੇ ਜਗ੍ਹਾ ਉਹਨਾਂ ਨੇ ਕਾਫੀ ਹੋਰ ਅਨਾਊਂਸਮੈਂਟਾਂ ਕੀਤੀਆਂ ਜਿਹੜੀਆਂ ਕਿ ਉਹਨਾਂ ਨੇ ਕਿਹਾ ਕਿ 300 ਯੂਨਿਟ ਤੱਕ ਹਰ ਪੰਜਾਬ ਵਾਸੀ ਨੂੰ ਬਿਜਲੀ ਫ੍ਰੀ ਪਹਿਲੇ ਦਿਨ ਤੋਂ ਹੋਊਗੀ ਜੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੁਝ ਸਮਿਆਂ ਬਾਅਦ ਅਸੀਂ 24 ਘੰਟੇ ਬਿਜਲੀ ਫ੍ਰੀ ਜਿਹੜੀ ਹੈ ਉਹ ਕਰ ਦੇਵਾਂਗੇ ਪੂਰੇ ਪੰਜਾਬ ਲਈ ਪਾਸੀਬਲ ਹੁੰਦਾ ਨਹੀਂ ਹੁੰਦਾ ਇਹ ਤਾਂ ਭਵਿੱਖ ਦੀ ਉਕਲ ਦੇ ਵਿੱਚ ਲੁਕਿਆ ਹੋਇਆ ਹੈ ਦਰਸ਼ਕੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਆਪਾਂ ਰਾਜਨੀਤਿਕ ਵਿਸ਼ਿਆਂ 'ਤੇ ਮਹਿਮਾਨ ਵੀ ਨਾਲ ਜੁੜਦੇ ਰਹਿੰਦੇ ਨੇ ਪਰ ਹੁਣ ਮੁੱਦਿਆਂ ਦੀ ਗੱਲ ਕਰਦੇ ਹਾਂ ਖਾਸ ਕਰਕੇ ਇੱਕ ਬਹੁਤ ਹੀ ਵਧੀਆ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਜੀ ਪੋਲਿਊਸ਼ਨ ਦਾ ਪੋਲਿਊਸ਼ਨ ਕੀ ਹੈ ਕੀ ਹੈ ਕਿੱਥੋਂ ਸ਼ੁਰੂ ਹੁੰਦਾ ਇਹਦੀ ਮੈਜ਼ਰਮੈਂਟ ਕੀ ਹੈ ਇਹਦੇ ਫੈਕਟਸ ਕੀ ਹੈ ਇਹਦੇ ਇਫੈਕਟਸ ਕੀ ਹੈ ਅਤੇ ਇਹਦਾ ਇਹਨੂੰ ਫਿਕਸ ਕਰਨ ਦਾ ਸਲਿਊਸ਼ਨ ਕੀ ਹੈ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਵਾਂ ਕਿ 1 ਬਿਲੀਅਨ ਬੰਦੇ ਦੁਨੀਆ ਦੇ ਵਿੱਚ ਇੱਦਾਂ ਦੇ ਨੇ 1 ਬਿਲੀਅਨ ਜਿਹਨਾਂ ਨੂੰ ਸਾਫ ਪਾਣੀ ਪੀਣ ਲਈ ਹਈਆ ਨਹੀਂ ਹੈ ਕਾਰਨ ਕੋਈ ਵੀ ਰਹੇ ਹੋਣਗੇ ਉਹਦੀ ਆਪਾਂ ਗੱਲ ਬਾਅਦ 'ਚ ਕਰ ਲਾਂਗੇ ਉਸ ਤੋਂ ਬਾਅਦ 2.4 ਬਿਲੀਅਨ ਜਿਹੜੇ ਹੈਗੇ ਆ ਬੰਦੇ ਜਿਹੜੇ 2.4 ਬਿਲੀਅਨ ਬੰਦੇ ਦੁਨੀਆ ਦੇ ਵਿੱਚ ਇੱਦਾਂ ਦੇ ਆ ਜਿਹਨਾਂ ਨੂੰ ਪ੍ਰੋਪਰ ਕਲੀਨ ਸੈਨੀਟਾਈਜੇਸ਼ਨ ਦੀ ਸੁਵਿਧਾ ਉਪਲਬਧ ਨਹੀਂ ਹੈ ਇਹ ਸਾਰਾ ਕੀ ਫੈਕਟ ਹੈ ਕਿ ਗਲੋਬਲ ਵਾਰਮਿੰਗ ਵੀ ਪੋਲਿਊਸ਼ਨ ਤੋਂ ਹੋ ਰਹੀ ਹੈ ਇਹ ਸਾਰੀ ਜਾਣਕਾਰੀ ਲਈ ਆਪਣੇ ਨਾ ਮੁਐਜ਼ਜ਼ ਮਹਿਮਾਨ ਆਪਣੇ ਸਟੂਡੀਓ 'ਚ ਜੁੜੇ ਹੋਏ ਨੇ ਮਾਨਯੋਗ ਰਿਸ਼ਪਾਲ ਸਿੰਘ ਬਾਜਵਾ ਜੀ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਅਤੇ ਫਿਰ ਆਪਾਂ ਪ੍ਰੋਗਰਾਮ ਅੱਗੇ ਵਧਾਵਾਂਗੇ ਬਹੁਤ ਬਹੁਤ ਸਵਾਗਤ ਜੀ ਬਾਜਵਾ ਸਾਹਿਬ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਬਾਜਵਾ ਸਾਹਿਬ ਮੇਰਾ ਇਹ ਪਹਿਲਾ ਸਾਰ ਤੋਂ ਪਹਿਲਾ ਕੁਐਸਚਨ ਇਹ ਹੈ ਬਾਜਵਾ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਪੋਲਿਊਸ਼ਨ ਦੀ ਮੇਜ਼ਰਮੈਂਟ ਕੀ ਹੈ ਮੇਜ਼ਰ ਕਿੱਦਾਂ ਕਰਦੇ ਹਾਂ ਅਤੇ ਮੈਗਨੀਟਿਊਡ ਤੁਸੀਂ ਵਟ ਇਜ਼ ਦ ਮੈਗਨੀਟਿਊਡ ਆਫ ਪੋਲਿਊਸ਼ਨ ਦੇਖੋ ਗੁਰਲਾਲ ਜੀ ਜਿਹੜੀ ਇਹ ਪੋਲਿਊਸ਼ਨ ਹੈ ਇਨਵਾਇਰਮੈਂਟਲ ਪੋਲਿਊਸ਼ਨ ਜੀ ਇਹ ਕਈ ਤਰ੍ਹਾਂ ਦਾ ਜਿਵੇਂ ਏਅਰ ਵਾਟਰ ਲੈਂਡ ਜੀ ਮੁੜ ਕੇ ਆਪਣੀ ਨੋਇਜ਼ ਲਾਈਟ ਰੇਡੀਏਸ਼ਨ ਫਿਰ ਇਹ ਪੋਲਿਊਸ਼ਨ ਅਤੇ ਹੁਣ ਇੱਕ ਨਵੀਂ ਇਹਦੇ ਵਿੱਚ ਐਡ ਹੋ ਰਹੀ ਹੈ ਜਿਹਨੂੰ ਈ ਪੋਲਿਊਸ਼ਨ ਕਹਿੰਦੇ ਹੈ ਜੀ ਇਲੈਕਟ੍ਰੋਨਿਕਸ ਤੋਂ ਜਿਵੇਂ ਆਪਣੇ ਸੈੱਲਫੋਨ ਕੰਪਿਊਟਰ ਆਈਪੈਡ ਜਿਹੜੇ ਡਿਸਕਾਰਡ ਹੋ ਜਾਂਦੇ ਆ ਔਰ ਫਿਰ ਇਹ ਯੂਜ਼ 'ਚ ਨਹੀਂ ਆਉਂਦੇ ਹੁਣ ਤੁਸੀਂ ਇਹ ਪੁੱਛਿਆ ਵੀ ਇਹਨਾਂ ਨੂੰ ਮੈਜਰ ਕਿਵੇਂ ਕਰਨਾ ਜੀ 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 ਜਿਵੇਂ ਤਾਂ ਏਅਰ ਪੋਲਿਊਸ਼ਨ ਹੈ ਉਹਦਾ ਜਿਹੜਾ ਇੱਕ ਪਾਰਟੀਕਲ ਸਾਈਜ਼ ਹੈ ਕਿਉਂਕਿ ਜਦੋਂ ਵੀ ਚੀਜ਼ਾਂ ਕੋਈ ਬਲਦੀਆਂ ਸੁੱਟੀਆਂ ਜਾਂਦੀਆਂ ਡਸਟ ਆਉਂਦਾ ਵਾਲਕੈਨੋਜ਼ ਆਉਂਦਾ ਜਿਹੜੇ ਵੀ ਤਰੀਕੇ ਨਾਲ ਉਹ ਪੋਲਿਊਸ਼ਨ ਬਣਦੀ ਹੈ ਜੀ ਉਹਦੇ ਫਿਰ ਜਿਹੜੇ ਪਾਰਟੀਕਲਸ ਆ ਉਹਨਾਂ ਦਾ ਸਾਈਜ਼ ਮਿਲ ਲਿਆ ਜਾਂਦਾ ਇੱਕ ਜਿਹੜਾ ਸਭ ਤੋਂ ਛੋਟਾ ਸਾਈਜ਼ ਮਿਲਿਆ ਗਿਆ ਉਹਨੂੰ PM ਪਾਰਟੀਕਲ ਮੈਟਰ 2.5 ਕਹਿੰਦੇ ਆ ਉਹ ਆਮ ਦਰਸ਼ਕਾਂ ਦੀ ਨੌਲੇਜ ਵਾਸਤੇ ਉਹ ਇੰਨਾ ਛੋਟਾ ਹੈ ਕਿ ਜਿਹੜਾ ਹਿਊਮਨ ਦਾ ਹੇਅਰ ਹੈ ਜੀ ਜੀ ਜਿਹੜਾ ਆਪਣਾ ਵਾਲ ਹੈ ਅਗਰ ਉਹਦਾ ਕ੍ਰਾਸ ਸੈਕਸ਼ਨ ਲਈਏ ਤਾਂ ਉਹਦਾ ਉਹ 1/30 ਹਿੱਸਾ ਹੈ ਸੋ ਇੱਕ ਬਹੁਤ ਇੱਕ ਛੋਟਾ ਜਿਹਾ ਉਹ ਪਾਰਟੀਕਲ ਹੈ ਮੈਂ ਸਾਡੇ ਦਰਸ਼ਕਾਂ ਨੂੰ ਕਲੀਅਰ ਕਰਦਾ ਕਿ ਇੱਕ ਡਿਵਾਈਸ ਹੈ ਜਿਹਦਾ ਨਾਮ ਬਾਜਵਾ ਸਾਹਿਬ ਨੇ ਦੱਸਿਆ ਤਾਂ ਉਹਦਾ ਸਾਈਜ਼ ਜਿਹੜਾ ਹੈਗਾ ਆਪਣੇ ਜਿਹੜਾ ਬਾਲ ਨੂੰ ਕ੍ਰਾਸ ਕੱਟ ਕਰੀਏ ਤੇ ਉਹਦਾ 30ਵਾਂ ਹਿੱਸਾ ਹੈ ਐਮ ਆਈ ਕਰੈਕਟ ਬਾਜਵਾ ਹਾਂਜੀ ਹਾਂਜੀ ਤੇ ਅੱਗੋਂ ਫਿਰ ਉਹਦੇ ਉਹਨਾਂ ਨੇ ਬਣਾਏ ਹੈ PM 2.5 10 μg ਪਰ ਕਿਊਬਿਕ ਮਿਲੀਮੀਟਰ ਜੀ ਜੀ ਇਵੇਂ ਜਿਹੜਾ ਅਗਲਾ ਸਟੈਂਡਰਡ ਰੱਖਿਆ ਉਹਨਾਂ ਨੇ ਉਹ 25 ਤੱਕ ਹੈ PM 25 ਜੀ ਔਰ ਜਿਹੜਾ ਤੀਜਾ ਹੈ PM 35 ਉਹ ਅੱਗੋਂ ਫਿਰ ਇਹਨਾਂ ਦੇ ਗ੍ਰੇਡ ਕੀਤੇ 0 ਤੋਂ 50 51 ਤੋਂ 100
101 तो एक, पर जो 300 तो उत्ते हो जाता वो एक बहुत एक डेंजरस लैवल हो जाता जी, जी, जी। जिहड़ा 50 तक है वो कंफर्टेबल गुड है, फिर मॉडरेट है, फिर मॉडरेट तो अगे लैस डेंजरस मोर। सो ये इस तरह नूं कर लैंदे। जो पानी से आई दा पानी की कंसनट्रेशन उन्होंने चीज़ों की मिल ली है जिमें पार्ट्स पर मिलियन, पार्ट्स पर बिलियन, PPM, PPB, तो जां फिर जिहड़े बैक्टीरिया हैं, जर्म्स हैं, उन्हां नूं नंबर पर 1 liter, नंबर पर लीटर। सो इस तरह नूं करदे तो जदों रेडिएशन आउंदी है, रेडिएशन दे यूनिट हैगे आ, सब दर्शकों नूं पता है जिहड़ा उह जिहदे नाल रेडिएशन करदे आ। इवें ही मुड़ के जदों लैंड ते आईदा, लैंड दा सिस्टम एक बड़ा डिफरेंट है, क्योंकि लैंड दे विच जिहड़ा गारबेज आ वो लैंडफिल च पा देंगे, वो वर्ल्ड लैवल से एक इंडैक्स कढ़िया उन्होंने, वो कहते हैं ग्लोबल वेस्ट इंडैक्स, और वो हर कंट्री का डिफरेंट है। वो 6 तरीके हैं भाई, किन्ना तुहाडे कंट्री ने प्रोड्यूस किया, किन्ना तुसी रीसाइकल किया, किन्ना तुसी इलीगल सुट्टा, किन्ने का पता नहीं लगा, किन्ना तुसी बर्न किया, वो हर एक नंबर दिते हैं। फिर वो नंबर बना के वह इंडैक्स बन जाता। जिवें हुण अपना स्वीडन है जी, स्वीडन का वो बहुत अच्छा है। सो इस तरह फिर वो हर कंट्री नू वो कंपेयर कर देने जी। जी भाई साहब, हुणी तुसी गल कीती कि लैंडफिल जिहड़ा वेस्ट है वो एक क्राइटीरिया हैगा कि उस क्राइटीरिया दे अंडर एक क्लास है जिहड़ी वेस्ट दी, वो लैंडफिल दे विच सुट दिंदे ने, कि वो लेटर ऑन जाके कोई डेंजरस कोई वो साइड इफेक्ट्स हो सकते हैं? वो इस तरह जी, बहुत चीज़ों का जिहड़ियां वो जिवें कंपोस्टिंग हो जाती है, जिहड़ी ऑर्गेनिक मैटर है जिवें फ्रूट फल ब्रैड दूजियां चीज़ां, ये तो छेती खत्म हो जाती है, पर अगे अगे चल के आप दसांगे पेपर, पेपर भी छेती गल जाता है जी 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 जी। फिर ऊपर जिहड़ी प्लास्टिक है, प्लास्टिक तो डेकेड सेंचुरी तक नहीं करती, जिवें स्टायरोफार्म है ये कभी गलती नहीं है जी। सो वो फिर जिहड़ियां चीज़ां जिहड़ियां तो रीसाइकल हो जाती, रीसाइकल का मतलब है उन्होंने सैपरेट कर लो, हाँ जी, एहो जी टेक्नोलॉजी ला के उन्होंने होर चीज़ा बना लो जिहड़ियां गारबेज तो यूजफुल चीज़ा बन जाती। प्लास्टिक भी तो रीसाइकल कर, हाँ प्लास्टिक रीसाइकल हो जाती है, पर बहुत सारी इस तरह सुट्टी जाती है समुद्रां च, पानी च, लैंडफिल च, जिहड़ी इलीगल एक्टिविटी है वो फिर जिहड़ी है वो तो सेंचुरी तक प्रसिस्ट करती है। भाई सब काज वाल चल दो, काज की है दा, क्योंकि हर चीज़ जिहड़ी दुनिया ते बनाई जाती है वो ह्यूमन यूज वास्ते बनाई जाती है, मानते हो तुसी? हाँ जी, हाँ जी, ह्यूमन यूज वास्ते। पर कई बार की होंगे कि वड्डे इंडस्ट्रियलिस्ट जिहड़े इंडस्ट्रियलिस्ट ने वो आपकी इंडस्ट्री तो ला लेंदे ने, पर उस तो बाद फिर वो प्रोडक्शन इन्नी ज़्यादा हो जाती है तो उस तो बाद जो वेस्ट होंगे आउट ऑफ कंट्रोल हो जाता, जो कि पोल्यूशन फैलता उन्हें, जो कि हानिकारक होंगे है साढ़े ह्यूमन बाडीज़ लिए। एक तो एक काज होगी कि वह ज़्यादा प्रोडक्शन कर दी कंपनियाँ, ठीक है, दूजी होर काज दसो कि होर की काज हो सकती है? प्रोडक्शन के नाल इहदा रिलेशन है भी है तो है नहीं भी जी, क्योंकि प्रोडक्शन तो करनी पेगी जो इंडस्ट्री चलनी है, ह्यूमन पापूलेशन की ग्रोथ हो रही है जी, उन्होंने नीड्स हैं, इस करके वो चीज़ा तो बन गई, पर जो प्रॉपर चीज़ जी आप पहला भी की है वो 6 चीज़ा हैं भाई, थोड़े प्रोड्यूस हुई मुड़ के जो वेस्ट होंगी है उन्हें प्रॉपरली रीसाइकल करो, वो अमाउंट तुम जरा इलीगली सुटते जे वनू रिड्यूस करो जी, जी, रीयूज चुनू लियाओ, पर जी इलीगल डंपिंग इलीगल बर्निंग इनसिनरेशन होंगी है वो फिर जी चीज़ हवा च गई लैंडफिल तो ग्राउंड वाटर च गई, ग्राउंड वाटर तो मुड़ के आके अपने होर जड़े पानी के रिसोर्स हैं लेक्स रिवर उन्होंने पै गई, जो सारिया चीज़ा कट्ठिया हो गए जाए वो समुद्र च कट्ठिया हो जाए, वो बिलियनज ऑफ टन जिहड़ियां चीज़ा हैं वो समुद्र च कट्ठिया होई पई और उहदा जिहड़ा सानू उहनां दे साडे पानी साडे रिसोर्सिज एयर साडी लैंड वो पोल्यूटड हो जाती है, उहदे नाल फिर ह्यूमन हैल्थ ते एनवायरमेंट दे जिहड़ा बायोस्फीयर है एकोसिस्टम्स है बायोडाइवर्सिटी है उहदे ते इहनां दा इफेक्ट पैंदा जी 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 जी। जिस हिसाब ने तुसी भाई साहब गल दसी है, मतलब जिहड़ी अपनी झोने की पराली है वह आपां साड़दे आ उहदा मतलब भी आपां बेसिकली तो लोग कह रहे गलत कर रहे हैं, आप कर ही रहे हैं,
पर जो मैं सोल्यूशन की गल आऊगी पूछूंगा तुम्हें जरूर पूछूंगा आप इंडिया छड़ देंगे पाकिस्तान एशिया छड़ देंगे जिते डिवेलप कंट्रीज नहीं है पर झोना होर भी तो पार्ट के किसी होर वर्ल्ड चलाया ही जाता होगा तो वह इलाज की जो सोल्यूशन पर आऊंगा मैं पूछूंगा जरूर मेरा क्वेश्चन तुम तो है कि आ ब्रेक तो जाने तो पहले मैं ये दसो कि एक तो हो गया वाटर पोल्यूशन एयर पोल्यूशन सोयल मिट्टी का हो गया सारा कुछ हो गया उस बाद लाइट वॉइस इदू वाल अलावा भी कोई होर का हैगी जो आप दो दसिया ई पोल्यूशन प्लास्टिक ए, तो ये नवियां है पिछले प्लास्टिक तो जी है सैकंड वर्ल्ड वार तो बाद शुरू हुई पहले जेडे 30-40 साल से उदों घट सी पर हुण जेडे पिछले 20-30 साल चले हैं उहदे च प्लास्टिक बहुत आ गए हुण आ नवा 2005 तो इन्हां चीज़ों का हिसाब रखन लग गए जिहड़ियां आपणियां इलैक्ट्रॉनिक्स हैं सैलफोन आईफोन आईपैड होर चीज़ां सो इन्हां च बहुत डेंजरस चीज़ा हैवी मैटल्स हैं टॉक्सिक मैटल्स हैं जी 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 भाई सो वह जी प्लास्टिक आप गल कर चुके जी ई वेस्ट है वो तो कैमिकल्स वगैरह होंगे हो सकता ह्यूमन बॉडीज़ लिए या होर जन जीवन लिए घातक हो मेरा क्वेश्चन ये है जी प्लास्टिक है ये रीयूज भी हो रही है रीसाइकल भी हो रही है जो मान लो वेस्ट किया जाता तो तुम दसा कि कई डेकेड्स तक ये गलती नहीं है पर कि यह योजी चीज़ आपदे वालों छड़दी है ये रिप्रोड्यूस करती है जिन्ना कि इनवायरमेंट ह्यूमन बॉडी या होर कितने कितने कोई प्रॉब्लम आ सके एक्चुअली ये जड़िया सारिया चीज़ा हैं जी जी इन्हां नूं परसिस्टेंट ऑर्गेनिक पोल्यूटेंट्स कहिंदे हैं जी वो कितों बनदे हैं उहदे विच कैमिकल्स भी हैं उहदे विच पेस्टिसाइड्स भी हैं उहदे विच फर्टिलाइजर भी हैं और जिहड़ियां प्लास्टिक्स हैं ये भी हाइड्रोकार्बन तो फॉसल फ्यूल तो ही बनती हैं जी सो जो कुछ फॉसल फ्यूल च है जेडे उहदे नुकसान है वो हैं पर आ गए उन्होंने जिमें कार्बन या दूजिया चीज़ा फिर भी मीथेन बनी उहदी कोई लिमिट है जी। थोड़ी देर बाद पर जो ये लैंड चलिया जांदियां ये पार्टिकल तुहानू हुण प्लास्टिक तुसीं प्लास्टिक बोतल देख रहे जे जी जी पर इहदे विचों भी इन्हें ज्यों ज्यों डिग्रेड हुंदी जाणा इहदे भी बड़े समाल पार्टिकल बन जांदे जो समुंदर च जाके एंड हुंदियां हैं वो समुंदर दियां वेव्स उत्थे एनर्जी इन्हां दा टकराओ ये फिर इन्नियां ब्रीक हो जांदियां कि जिहड़े उत्थों दे एनिमल्स हैं सी लाइफ है उन्हां दी बॉडी च अकूमुलेट होनियां शुरू हो जांदियां फिर वो तुहाडे वो बायो अकूमुलेट होईयां वो तुहाडी फूड चेन च आईयां पर वो जिहड़ा लोकां नूं वी उहदा नुकसान हुंदा पर फिर उहदे च इक चीज़ होर है कि दर्शक जाणू होण शायद जाणू ना होण ये समुंदर च जाके बहुत बहुत वड्डे इन्हां दे पैचेस बन जांदे आ द साइज ऑफ द डबल द साइज ऑफ स्टेट ऑफ टैक्सस पंज बड़े ओशन पैचेस जिहड़े हैं बड़े मशहूर हैं नॉर्थ पैसिफिक च दूजे पासे भी उहदे विच होर जिहड़ी उत्थों दी बायो लाइफ है वह ट्रैप हो जाती है वह इवें घूमते फिरते रहिंदे हैं सो हौली 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 ये डिग्रेड हो गए साढ़े पानी लैंड च आ जांदे आ जी 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 बाजवा साहब दर्शको बड़ी सोहना एलैबरेट कर रहे हैं कि टैक्सस स्टेट जिन्ना वड्डा अंदर जिहड़े पैचेस ओशन दे विच बन जाने जिहड़ा वेस्ट आपां समुंदरां सिटदे हैं उहदे उत्ते होर एलैबरेट करांगे अपने नाल इदां जुड़े रहो क्योंकि सानूं रुकना पै रिहा एक छोटी जिही क्लिप दर्शको इदां बने रहो चस पंजाबी दे स्वागत जी तुहाडा सारयां दा फेर प्रोग्राम ओपन प्लेटफॉर्म जस पंजाबी दे मंच तो मैं तुहाडा गुरलाल आपदा दर्शकों मैं तुहाडे रूबरू हुणा ट्यूजडे वेंसडे थर्सडे शाम नूं 9 बजे पैसिफिक टाइम साडे कैलिफोर्निया स्टूडियो तो दर्शको हर इदारे नूं हर प्रोग्राम नूं तुहाडे सहयोग की लोड़ हुंदी है सारे इवेंट खुल चुके ने करीब करीब जे तुसी चाहुंदे हो कि जस पंजाबी दी टीम तुहाडा कोई इवेंट कवर करे कोई ऐड तुसी पवानी आ जरूर सानू कॉन्टैक्ट करो info@justbroadcasting.com या 209-400-3332 ते कॉन्टैक्ट करके तुसी आपदा प्रोग्राम कवर करवा सकते हो अगेन आपां अज बहुत सोहना प्रोग्राम लैके आए हैं पोल्यूशन दे उत्ते अपने नाल जुड़े हुए ने मानयोग रिशपाल सिंह बाजवा जी डॉक्टर साहब मेरी एक गल दसो पहला मैनू ये दसो कि जो 5-4 तरह के आपां कवर किए हैं कि प्लास्टिक ई वेस्ट पोल्यूशन प्लास्टिक जिहड़ी वेस्ट हुंदी उहना पोल्यूशन हुंदा एयर दा हुंदा म्यूजिक यानी कि नोइज़ दा हुंदा आ बाकी रेगुलर जिहड़े पोल्यूशन हुंदे ही हुंदे आ इन्हां दे मैनूं फैक्ट्स दसो एक एक करके प्लीज़ गुरलाल जी इस तरह है जी किसी भी प्रॉब्लम नूं समझण वास्ते
ਉਹਦਾ ਜਿਹੜਾ ਮੈਗਨੀਟਿਊਡ ਹੈ, ਉਹਦਾ ਵਾਲੀਅਮ ਹੈ, ਕਿੰਨੀ ਉਹ ਲਾਰਜ ਹੈ, ਉਹਦਾ ਪਤਾ ਹੋਣਾ ਬਹੁਤ ਜ਼ਰੂਰੀ ਜੀ। ਤਾਂ ਆਪਾਂ ਥੋੜ੍ਹੀ ਇਹਨਾਂ ਨੂੰ ਸਮਰੀ ਕਰਕੇ ਦੱਸਦੇ ਹਾਂ ਜੀ ਜੀ ਕਿ ਪਹਿਲਾਂ ਤਾਂ ਜਿਹੜੀ ਇਹ ਪੋਲਿਊਸ਼ਨ ਹੈ ਇਹਦੇ ਜਨਰਲ ਇਫੈਕਟਸ ਹੈ ਕੀ ਹੈ, ਜਨਰਲੀ ਹਾਰਮਫੁਲ ਇਫੈਕਟਸ ਇਹਦੇ ਹੈ ਆਲ ਕਾਇੰਡ ਆਫ ਲਾਈਫ 'ਤੇ, ਇਨਵਾਇਰਮੈਂਟ 'ਤੇ, ਐਕੋਸਿਸਟਮ 'ਤੇ, ਇਕਨਾਮਿਕ ਗਰੋਥ 'ਤੇ। ਮੁੜ ਕੇ ਇਹ ਜਿਹੜੇ ਡਿਕਰੀਜ਼ਡ ਸ਼ੇਅਰ ਪ੍ਰੋਸਪੈਰਿਟੀ, ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਵੀ ਜਿਹੜੀ 40% ਗਰੀਬ ਲੋਕ ਹੁੰਦੇ ਆ ਉਹਨਾਂ ਦੀ ਇਨਕਮ ਨੂੰ ਇਹ ਇਫੈਕਟ ਕਰਦਾ। ਹੁਣ ਇਹ ਹੈ ਕਿ ਇਹਨਾਂ ਨੂੰ ਫਿਰ ਐਡਰੈਸ ਕਰਨਾ ਵੀ ਬਹੁਤ ਇੱਕ ਕ੍ਰਿਟੀਕਲ ਹੈ, ਇਹਨਾਂ ਨੂੰ ਸਾਲਵ ਕਰਨਾ ਚਾਹੀਦਾ। ਉਹਦੇ ਨਾਲ ਕੀ ਹੁੰਦਾ, ਇਨਕਮ ਬੂਸਟ ਹੋ ਜਾਂਦੀ ਹੈ, ਪਾਵਰਟੀ ਰਿਡਿਊਸ ਹੁੰਦੀ ਹੈ, ਗੁੱਡ ਹੈਲਥ ਹੋ ਜਾਂਦੀ ਹੈ ਲੋਕਾਂ ਦੀ, ਉਹਦੇ ਵਿੱਚ ਨਿਊ ਜਾਬਸ ਜਿਵੇਂ ਆਲਟਰਨੇਟ ਐਨਰਜੀ 'ਚ ਉਹ ਲੱਭ ਜਾਂਦੀਆਂ, ਬੈਟਰ ਸੇਫ ਟਰਾਂਸਪੋਰਟ ਹੋ ਜਾਏਗੀ, ਅਰਬਨ ਅਤੇ ਰੂਰਲ ਡਿਵੈਲਪਮੈਂਟ ਹੋ ਜਾਂਦੀ ਹੈ ਜੀ। ਔਰ ਇਹਦੇ ਨਾਲ ਕਾਰ ਜਿਹੜੀ ਕਲਾਈਮੇਟ ਚੇਂਜ ਹੈ, ਬਹੁਤ ਦਰਸ਼ਕ ਇਸ ਫਿਨਾਮਨਾ ਤੋਂ ਜਾਣੂ ਹੋਣਗੇ, ਕਿਉਂਕਿ ਜਿਹੜੀ ਕਾਰਬਨ ਅਮਿਸ਼ਨਸ ਹੁੰਦੀਆਂ ਉਹਦੇ ਨਾਲ ਧਰਤੀ ਦਾ ਟੈਂਪਰੇਚਰ ਵੱਧ ਜਾਂਦਾ, ਜਿਹਦੇ ਨਾਲ ਕਿਤੇ ਸੋਕਾ ਪੈ ਗਿਆ, ਕਿਤੇ ਹੜ੍ਹ ਆ ਗਏ, ਕਿਤੇ ਸੁਨਾਮੀ ਹੋ ਗਈ। ਸੋ ਇਹ ਚੀਜ਼ਾਂ ਹੈ ਸਭ ਉਹ ਠੀਕ ਹੁੰਦੀਆਂ। ਔਰ ਇਸ ਤੋਂ ਇਲਾਵਾ ਜਿਹੜੀ ਪੋਲਿਊਸ਼ਨ ਅਸੀਂ ਏਅਰ, ਲੈਂਡ ਅਤੇ ਵਾਟਰ ਦੀ ਰਿਡਿਊਸ ਕਰਦੇ ਹਾਂ, ਡੇ ਟੂ ਡੇ ਲਾਈਫ 'ਚ ਉਹਦਾ ਫਾਇਦਾ ਹੁੰਦਾ। ਹੁਣ ਆਪਾਂ ਥੋੜ੍ਹਾ ਜਿਹਾ ਦੇਖਦੇ ਹਾਂ ਵੀ ਕਿੰਨੇ ਕੁ ਅਸੀਂ ਕੈਮੀਕਲ ਯੂਜ ਕਰਦੇ ਹਾਂ ਜੀ ਜੀ ਜੀ। ਸੋ ਅੱਜ ਦੇ ਦਿਨ 'ਚ 164 billion ਦੇ ਕੈਮੀਕਲ ਅਸੀਂ ਯੂਜ ਕਰਦੇ ਹਾਂ, ਜਿਹੜੇ ਹਾਊਸ ਹੋਲਡ ਕੈਮੀਕਲਸ ਹੈ। ਔਰ ਇਹਨਾਂ ਦੇ ਵਿੱਚ ਇਹਨਾਂ ਦੀ ਕੋਈ ਜਿਹੜੀ ਗਿਣਤੀ ਹੈ ਜੀ ਜੀ, ਉਹ 1,40,000 ਹੈ ਜੀ। 1,40,000 ਡਿਫਰੈਂਟ ਕੈਮੀਕਲਸ ਹੈ ਜਿਹੜੇ ਹਾਊਸ ਹੋਲਡ ਦੇ ਵਿੱਚ ਯੂਜ਼ ਹੁੰਦੇ ਹੈ। ਔਰ ਉਹਨਾਂ ਸਾਰਿਆਂ ਦੇ ਵਿੱਚੋਂ ਸਾਰੇ ਟੈਸਟ ਨਹੀਂ ਹੁੰਦੇ, ਉਹ ਜਦੋਂ ਆਏ ਛੇਤੀ ਨਾਲ ਉਹਨਾਂ ਨੂੰ ਰਿਲੀਜ਼ ਕਰ ਦਿੰਦੇ ਹਾਂ। ਹਾਲੇ ਜਿਹੜੀਆਂ ਦਵਾਈਆਂ ਹੈ, ਦਵਾਈਆਂ ਦੇ ਸਟੈਂਡਰਡ ਥੋੜ੍ਹੇ ਸਟ੍ਰਿਕਟ ਹੈ, ਪਰ ਕੈਮੀਕਲਸ ਦੇ ਸਟੈਂਡਰਡ ਇੰਨੇ ਸਟ੍ਰਿਕਟ ਨਹੀਂ ਹੈ। ਹੁਣ ਇਹਦੇ ਵਿੱਚ ਕੀ ਹੁੰਦੇ ਆ, ਇਹਦੇ ਵਿੱਚ ਜਿਹੜੇ ਫਰਟੀਲਾਈਜ਼ਰਸ, ਪੈਸਟੀਸਾਈਡ ਔਰ ਜਿਹੜੇ ਆਪਣੇ ਹੋਰ ਪੋਲਿਊਟੈਂਟਸ ਹੈ, ਇਕੱਲੇ ਜਿਹੜੇ ਫਰਟੀਲਾਈਜ਼ਰ ਹੈ, ਪੈਸਟੀਸਾਈਡ, ਇਹ ਕੋਈ 250 million ਟਨ ਸਾਰੀ ਦੁਨੀਆ 'ਚ ਆਏ ਸਾਲ ਯੂਜ਼ ਹੁੰਦਾ। 200 million ਟਨ ਦਰਸ਼ਕੋ, 250 million ਟਨ। ਔਰ ਇਹਦੇ ਵਿੱਚ ਵੇਖੋ ਜਦੋਂ ਇਹ ਫਿਰ ਖੇਤਾਂ 'ਚ ਪੈ ਜਾਂਦੇ ਆ, ਮੀਂਹ ਪੈਂਦਾ, ਐਕਸੈਸ ਜਿਹੜੀ ਨਾਈਟ੍ਰੋਜਨ ਤਾਂ ਫਾਸਫੇਟ ਹੈ ਉਹ ਸਟ੍ਰੀਮ 'ਚ ਪੈ ਕੇ ਰਿਵਰ 'ਚ, ਲੇਕ 'ਚ, ਲੇਕ ਤੋਂ ਪੈ ਕੇ ਸਮੁੰਦਰ 'ਚ, ਸਮੁੰਦਰ। ਇਹ ਫਿਰ ਜਦੋਂ ਜ਼ਿਆਦਾ ਨਾਈਟ੍ਰੋਜਨ ਅਤੇ ਫਾਸਫੋਰਸ ਚਲੇ ਜਾਂਦੀ ਹੈ ਜੀ ਜੀ, ਔਰ ਕਈ ਵਾਰੀ ਤੁਸੀਂ ਦੇਖਿਆ ਹੋਣਾ ਜਿਹੜੇ ਉਹ ਛੱਪੜ ਹੈ ਉਹਨਾਂ ਵਿੱਚ ਉੱਲੀ ਆ ਜਾਂਦੀ ਹੈ ਜੀ ਜੀ, ਜਿਹਨੂੰ ਆਪਾਂ ਐਲਗੀ ਕਹਿੰਦੇ ਹਾਂ। ਹਾਂਜੀ, ਉਹ ਫਿਰ ਜਿਹੜੇ ਹਾਰਮਫੁਲ ਪੈਚ ਉਹਦੇ ਬਣ ਜਾਂਦੇ ਆ ਜੀ ਜੀ, ਉਹ ਕਈਆਂ ਥਾਵਾਂ 'ਤੇ ਤਾਂ ਇੰਨੇ ਵੱਡੇ ਹੋ ਜਾਂਦੇ ਆ ਜੀ। ਅਮੈਰੀਕਾ ਦੀ ਐਗਜ਼ਾਮਪਲ ਹੈ ਕਿ ਜਿਹੜਾ ਮਿਸਿਸਿਪੀ ਰਿਵਰ ਹੈ ਜੀ ਜੀ, ਇਹ ਜਦੋਂ ਸਾਰੀਆਂ ਸਟੇਟਾਂ ਮਿਡਵੈਸਟ ਦੀਆਂ 'ਚੋਂ ਪਾਣੀ ਲੈ ਕੇ ਗਲਫ ਆਫ ਮੈਕਸੀਕੋ 'ਚ ਜਾਂਦਾ ਜੀ, ਔਰ ਉਹਦੇ ਕੋਸਟਲ ਲੈਵਲ ਦੇ ਨਾਲ ਨਾਲ ਇਹ ਸਾਈਜ਼ ਆਫ ਨਿਊ ਜਰਸੀ, ਉੱਥੇ ਇੱਕ ਹਾਰਮਫੁਲ ਐਲਗਲ, ਉਹ ਇੱਕ ਛੋਟਾ ਜਿਹਾ ਆਈਲੈਂਡ ਜਿਹਾ ਪਾਣੀ ਥੱਲੇ ਬਣ ਜਾਂਦਾ, ਉਹਦੇ ਵਿੱਚ ਉਹ ਜਿਹੜੀ ਫਿਰ ਉਹ ਉੱਲੀ ਜਿਹੜੀ ਆਪਾਂ ਕਹਿੰਦੇ ਹਾਂ ਆਪਣੇ ਛੱਪੜਾਂ 'ਚ ਵੀ ਹੋ ਜਾਂਦੀ ਹੈ ਜੀ ਜੀ, ਉਹ ਆਕਸੀਜਨ ਡਿਪਲੀਟ ਕਰ ਦਿੰਦੀ ਹੈ ਆਪਣੇ ਲਾਗੇ ਛਾਗੇ ਜੀ, ਉਹ ਸਾਰੀ ਜਿਹੜੀ ਆਕਸੀਜਨ ਹੈ ਉਹ ਖੁਦ ਲੈ ਲੈਂਦੀ ਹੈ, ਜਿਹੜੇ ਉੱਥੇ ਛੋਟੇ ਐਨੀਮਲ ਆਪਣੇ ਐਕੁਆਟਿਕ ਮਰੀਨ ਲਾਈਫ ਉਹ ਸਾਰੇ ਹੀ ਮਰ ਜਾਂਦੇ। ਸੋ ਅੱਗੋਂ ਆਪਾਂ ਆਉਂਦੇ ਹਾਂ ਇੱਥੇ, ਇੱਕ ਮਿੰਟ ਮੈਂ ਸਾਡੇ ਦਰਸ਼ਕਾਂ ਨਾਲ ਕਲੀਅਰ ਕਰਦਾ ਕਿ ਦਰਸ਼ਕੋ, ਬਾਜਵਾ ਸਾਹਿਬ, ਡਾਕਟਰ ਸਾਹਿਬ ਬਹੁਤ ਚੰਗੀ ਤਰ੍ਹਾਂ ਐਲੈਬਰੇਟ ਕਰ ਰਹੇ ਨੇ ਕਿ ਮਿਡਵੈਸਟ ਦੀਆਂ ਜਿੰਨੀਆਂ ਵੀ ਸਟੇਟਾਂ ਨੇ ਉਹਦੇ ਵਿੱਚੋਂ ਜਿਹੜੀ ਮਿਸੀਸਿਪੀ ਰਿਵਰ ਨਿਕਲ ਕੇ ਆਉਂਦੀ, ਜਿਹੜਾ ਵੇਸਟ ਪੈਂਦਾ ਹੈ ਉਹਦੇ ਵਿੱਚ, ਜਿਹੜਾ ਵੇਸਟ ਪੈਂਦਾ ਹੈ ਉਹ ਕਰੀਬ ਕਰੀਬ ਨਿਊ ਜਰਸੀ ਸਟੇਟ ਜਿੰਨਾ, ਇੱਕ ਆਇਰਲੈਂਡ ਹੈ ਉੱਥੇ ਬਣਿਆ ਹੋਇਆ, ਜਿਹੜਾ ਕਿ ਉਹ ਵੇਸਟ ਸਟੱਕ ਹੋ ਜਾਂਦਾ ਉੱਥੇ ਅਤੇ ਉਹ ਡਿਪਲੀਟ ਕਰਦਾ ਆਕਸੀਜਨ ਨੂੰ ਉੱਥੋਂ ਦੀ, ਅਤੇ ਆਕਸੀਜਨ ਕੰਮ ਹੋਣ ਨਾਲ ਜਿਹੜੀ ਉਹ ਆਲੇ ਦੁਆਲੇ ਜਿਹੜੀ ਹੈ, ਤੁਸੀਂ ਦੇਖਿਆ ਹੋਣਾ ਕਿ ਜਿਹੜੀ ਗਲੋਬਲ ਵਾਰਮਿੰਗ ਦਾ ਇਸ਼ੂ ਆ ਰਿਹਾ ਹੈ ਉਹ ਕਿਉਂ, ਕਿਉਂਕਿ ਉਹ ਜਿਹੜੀ ਚੀਜ਼ ਹੈ ਉਹ ਪ੍ਰੋਡਿਊਸ, ਹੀਟ ਪ੍ਰੋਡਿਊਸ ਕਰ ਰਹੀ ਹੈ ਆਪਦੇ ਅੰਦਰ, ਕੰਜ਼ੰਪਸ਼ਨ ਕੋਈ ਹੋਰ ਚੀਜ਼ਾਂ ਦਾ ਕਰਕੇ। ਐਮ ਆਈ ਕਲੀਅਰ ਡਾਕਟਰ ਸਾਹਿਬ? ਹਾਂਜੀ ਹਾਂ ਜੀ, ਅੱਗੇ। ਹਾਂ, ਇਹ ਹੁਣ ਜਿਹੜੇ ਫਾਸਲ ਫਿਊਲ ਹੈ ਇਹ ਆਪਾਂ ਗਿਣਤੀ ਕਰ ਦਿੰਦੇ ਹਾਂ ਵੀ ਆਪਣੀ ਕਾਰ ਚਲਾ ਲਈ, ਟਰੱਕ ਚਲਾ ਲਿਆ, ਟਰਾਂਸਪੋਰਟ ਚਲਾ ਲਿਆ, ਹੋਰ ਕਰ ਲਿਆ, ਇਹ ਅਸੀਂ 15 billion ਟਨ ਸਾਲ ਦੇ ਵਿੱਚ ਦੁਨੀਆ ਭਰ 'ਚ ਇਹਨਾਂ ਨੂੰ ਯੂਜ਼ ਕਰ ਦਿੰਦੇ ਹਾਂ। ਇਹਦੇ ਤੋਂ ਜਿਹੜੀ 81% ਐਨਰਜੀ ਅੱਜ ਦੇ ਦਿਨ 'ਚ ਬਣ ਰਹੀ ਹੈ ਉਹ ਫਾਸਲ ਫਿਊਲ ਤੋਂ ਬਣ ਰਹੀ ਹੈ, ਔਰ ਫਾਸਲ ਫਿਊਲ ਦੀ ਜਿਹੜੀ ਪੋਲਿਊਸ਼ਨ ਹੈ ਉਹ ਵੀ ਬੜੀ ਹਾਈ ਲੈਵਲ 'ਤੇ ਹੈ। ਉਹ 81% ਕਾਰਬਨ ਦੇ ਦਿੰਦੀ ਹੈ ਆਪਣੇ ਐਟਮੋਸਫੀਅਰ ਨੂੰ, ਔਰ 11% ਜਿਹੜੀ ਮੀਥੇਨ ਹੈ ਉਹ
ਇਹਦਾ ਨਤੀਜਾ ਹੈ। ਹੁਣ ਜਿਹੜੀ ਗਲੋਬਲ ਇਲੈਕਟ੍ਰਿਸਿਟੀ ਜਿਹੜੀ ਅਸੀਂ ਯੂਜ਼ ਕਰਦੇ ਹਾਂ, ਜਿਹੜੀ ਅਸੀਂ ਕੋਲੇ ਤੋਂ, ਤੇਲ ਤੋਂ, ਪਾਣੀ ਤੋਂ, ਹਾਈਡਰੋ ਇਲੈਕਟ੍ਰਿਕ ਤੋਂ ਇੰਨੀ ਬਣਾ ਲੈਂਦੇ ਹਾਂ, ਉਹ 1,30,000 ਟੈਟਰਾਵਾਟ ਆਵਰਸ ਆ। 1 ਟੈਟਰਾਵਾਟ ਨੂੰ ਸਮਝਣ ਵਾਸਤੇ ਇਹ ਯੂਨਿਟ ਆਫ ਐਨਰਜੀ ਹੈ ਜਿਹਦੇ ਨਾਲ 1 ਟ੍ਰਿਲੀਅਨ ਵਾਟ ਪਰ ਆਵਰ ਬਣ ਸਕਦੇ। ਸੋ ਵੇਖੋ ਕਿੰਨੀ ਇੱਕ ਹਿਊਜ ਕੰਜ਼ਮਪਸ਼ਨ ਹੈ, ਔਰ ਇਹ ਸਾਰੀ ਫੋਸਲ ਫਿਊਲ ਤੋਂ ਬਣਦੀ ਹੈ। ਇਹਦੇ ਵਾਸਤੇ ਦੇਖਿਆ ਇਹ ਗਿਆ, ਇਹ ਨਿਊਕਲੀਅਰ ਐਨਰਜੀ ਅਸੀਂ ਇਹਦੇ ਵਾਸਤੇ ਯੂਜ਼ ਨਹੀਂ ਕਰਦੇ, ਕਿਉਂਕਿ ਬਹੁਤ ਸਾਰੇ ਜਿਹੜੇ ਕੰਟਰੀ ਹੈ ਉਹਨਾਂ ਦਾ ਜਿਹੜਾ ਇਹੋ ਜਿਹਾ ਕੋਈ ਸਟੇਟਸ ਨਹੀਂ ਹੈ ਵੀ ਨਿਊਕਲੀਅਰ ਐਨਰਜੀ ਵਾਲੇ ਸਮਝਦੇ ਆ ਵੀ ਜੇ ਉਹ ਗਲਤ ਹੱਥਾਂ 'ਚ ਚੱਲ ਜਾਵੇ ਤਾਂ ਉਹ ਕੋਈ ਐਟਮ ਬਾਂਬ ਦੂਜਾ ਬਣਾ ਲੈਣਗੇ। ਪਰ ਅਗਰ ਮੇਰਾ ਕੁਐਸਚਨ ਇੱਥੇ ਖੜ੍ਹਾ ਹੋ ਜਾਂਦਾ, ਸ਼ਾਇਦ ਸਾਡੇ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਵੀ ਹੋਵੇ, ਕੁਐਸਚਨ ਇੱਥੇ ਖੜ੍ਹਾ ਹੁੰਦਾ ਕਿ ਜਿੰਨੀ ਤੁਸੀਂ ਵੇਸਟ ਅਤੇ ਉਹਦੇ ਵਿੱਚ ਜਿਹੜਾ ਪੋਲਿਊਸ਼ਨ ਦੱਸਿਆ ਆ ਕਿ ਅਸੀਂ ਜਿੰਨੀ ਵੀ ਇਲੈਕਟ੍ਰੀਸਿਟੀ ਯੂਜ਼ ਕਰਦੇ ਹਾਂ ਤਾਂ ਉਦੋਂ ਬਾਅਦ ਜਿਹੜੀ ਵੇਸਟ ਜਾਂਦੀ ਹੈ ਉਹਨਾਂ ਨੁਕਸਾਨ ਦੱਸਿਆ, ਕਿ ਇਹ ਇੱਦਾਂ ਦੀ ਕੋਈ ਔਰਗਨਾਈਜੇਸ਼ਨ ਬਣ ਸਕਦੀ ਹੈ ਕਿ ਜਿਹੜੀ ਨਿਊਕਲੀਅਰ ਤੋਂ ਪ੍ਰੋਡਿਊਸ ਕਰਕੇ, ਮੰਨ ਲਓ ਕੰਟਰੀ ਏ ਜਿਹੜੀ ਆ ਉਹ ਸਿਕਿਓਰ ਹੱਥਾਂ ਦੇ ਵਿੱਚ ਹੈ, ਉਹ ਇਲੈਕਟ੍ਰੀਸਿਟੀ ਨਿਊਕਲੀਅਰ ਤੋਂ ਪ੍ਰੋਡਿਊਸ ਕਰਕੇ ਬਣਾ ਕੇ ਉਹ ਜੀਆਂ ਕੰਟਰੀਆਂ ਨੂੰ ਸਪਲਾਈ ਕਰ ਸਕੇ ਤਾਂ ਕਿ ਜਿਹੜਾ ਵੇਸਟ ਆ ਉਹ ਤੋਂ ਨਿਜਾਤ ਪਾਈ ਜਾ ਸਕੇ? ਖੈਰ ਮੇਰੇ ਕੋਲ ਤਾਂ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਜੀ, ਪਰ ਇਹ ਕੰਟਰੀ ਲੈਵਲ 'ਤੇ ਤਾਂ ਹੋ ਸਕਦੀ ਆ, ਵਿਦਇਨ ਕੰਟਰੀ ਚਲੀ ਜਾਵੇ ਜੀ, ਕਿਉਂਕਿ ਜਿਹੜੀ ਨਿਊਕਲੀਅਰ ਐਨਰਜੀ ਇਹਨਾਂ ਦੀ ਜਿਹੜੀ ਇਹਨਾਂ ਦੀ ਏਜੰਸੀ ਹੈ ਨਿਊਕਲੀਅਰ ਏਜੰਸੀ, ਉਹ ਇਹਦਾ ਹਿਸਾਬ ਕਿਤਾਬ ਤਾਂ ਰੱਖਦੀ ਹੈ ਜੀ, ਜਿੰਨਾ ਤੁਹਾਨੂੰ ਯੂਰੇਨੀਅਮ ਦੇਵੇਗੀ ਉਹਦਾ ਉਹ ਹਿਸਾਬ ਕਿਤਾਬ ਲੈਣਗੇ ਵੀ ਤੁਸੀਂ ਕਿੰਨਾ ਯੂਜ਼ ਕੀਤਾ ਨਿਊਕਲੀਅਰ ਫਿਊਲ, ਕਿੰਨਾ ਤੁਹਾਡਾ ਬਚਿਆ, ਕਿੰਨਾ ਇਹ 'ਚੋਂ ਵੇਸਟ ਹੋਇਆ। ਸੋ ਮੈਂ ਕਹਿਣਾ ਇਹ ਇਹਦੇ 'ਚ ਮੈਂ ਚਾਹੁੰਦਾ ਕਿ ਜਿਹੜੀ ਨਿਊਕਲੀਅਰ ਐਨਰਜੀ ਬਣਾਉਣੀ ਹੈ ਜੀ ਉਹ ਬਹੁਤ ਕਲੀਨ ਹੈ ਨਿਊਕਲੀਅਰ ਤੋਂ, ਉਹਦੇ ਨਾਲ ਪੋਲਿਊਸ਼ਨ ਦੇ ਬਹੁਤ ਇਫੈਕਟ ਘੱਟ ਜਾਂਦੇ ਆ, ਔਰ ਰੈਲੇਟਿਵਲੀ ਉਹ ਸੇਫ ਵੀ ਹੈ। ਜੇ ਐਕਸੀਡੈਂਟ ਉਹਦਾ ਜਿਹੜਾ ਉਹ ਕਦੀ ਕਦਾਂ ਹੀ ਹੁੰਦਾ, ਦੇਖੋ ਅੱਜ ਤੱਕ ਟੋਟਲ 56 ਛੋਟੇ ਮੋਟੇ ਐਕਸੀਡੈਂਟ ਹੋਏ ਆ ਨਿਊਕਲੀਅਰ, ਪਰ ਉਹਨਾਂ 'ਚੋਂ 2 ਮੇਜਰ ਹੈ, ਇੱਕ US ਵਿੱਚ ਉਦੋਂ ਅਸੀਂ ਵੀ ਇੱਥੇ ਰਹਿੰਦੇ ਸੀ 1979 'ਚ ਸਟੇਟ ਆਫ ਪੈਨਸਿਲਵੇਨੀਆ, ਔਰ 3 ਮਾਈਲ ਆਈਲੈਂਡ 'ਤੇ ਹੋਇਆ ਸੀ, ਔਰ ਉਦੋਂ ਬਾਅਦ ਚਰਨੋਬਲ ਦਾ ਰਸ਼ੀਆ 'ਚ ਹੋਇਆ, ਉਹ ਕਾਫੀ ਵੱਡੇ ਸਕੇਲ 'ਤੇ ਹੋਇਆ, ਪਰ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਰਸ਼ੀਅਨ ਗੌਰਮੈਂਟ ਨੇ ਪੂਰੀ ਬਾਹਰ ਨਹੀਂ ਕੱਢੀ। ਔਰ ਜੇ ਅਸੀਂ ਅੱਗੇ ਆਈਏ ਜਿਹੜਾ ਹੁਣ ਸੋਲਿਡ ਵੇਸਟ ਹੈ, ਸੋਲਿਡ ਵੇਸਟ ਜਿਹੜਾ ਅੱਜ ਦੇ ਦਿਨ 'ਚ ਉਹ ਕੋਈ 2 ਬਿਲੀਅਨ ਟਨ ਸਾਲ ਦਾ ਬਣ ਰਿਹਾ, ਜਿਹਦੇ 'ਚੋਂ ਕੋਈ 60% ਜਿਹੜਾ ਉਹ ਇਲੀਗਲੀ ਲੈਂਡ 'ਚ ਡੰਪ ਹੋ ਰਿਹਾ, ਔਰ ਅਗਰ ਇਸੇ ਹਿਸਾਬ 'ਤੇ ਚੱਲਦਾ ਰਿਹਾ ਤਾਂ 2050 ਤੱਕ ਇਹ 3.4 ਬਿਲੀਅਨ ਟਨ ਜਿਹੜਾ ਹੈ ਉਹ ਸੋਲਿਡ ਵੇਸਟ ਜਿਹੜਾ ਉਹ ਤਰਦਾ ਆ ਜਾਏਗਾ। ਔਰ ਇਹ 5 ਬੈਸਟ ਰੀਸਾਈਕਲਿੰਗ ਕੰਟਰੀਜ਼ ਹੈ ਦੁਨੀਆ 'ਚ, ਜਰਮਨ 56% ਕਰ ਦਿੰਦੇ ਆ, ਆਸਟਰੀਆ 54%, ਸਾਊਥ ਕੋਰੀਆ 53%, ਵੇਲਸ 52%, ਅਤੇ ਜਿਹੜਾ ਸਵਿਟਜ਼ਰਲੈਂਡ ਹੈ 49%। ਦੇਖੋ USA ਇੱਕ ਇਹੋ ਜਿਹਾ ਕੰਟਰੀ ਹੈ, ਆਪਾਂ ਇੱਥੇ ਰਹਿੰਦੇ ਹਾਂ, ਇਹ 5% ਪਾਪੂਲੇਸ਼ਨ ਹੈ ਜੀ, ਪਰ ਉਹਦੇ ਹਿਸਾਬ ਨਾਲ ਇਹ 33% ਜਿਹੜੇ ਰਿਸੋਰਸ ਹੈ ਉਹ ਦੁਨੀਆ ਦੇ ਯੂਜ਼ ਕਰਦੇ ਆ, ਪਰ ਉਹਦੇ ਨਾਲ ਇਹ 30% ਜਿਹੜਾ ਇਹ ਆਪਣਾ ਵੇਸਟ ਹੈ ਗਾਰਬੇਜ ਵੇਸਟ ਉਹ ਵੀ ਅਮੈਰੀਕਾ 'ਚ ਪ੍ਰੋਡਿਊਸ ਹੁੰਦਾ। ਠੀਕ ਆ ਕਿ ਇੱਥੋਂ ਦੇ ਰੀਸਾਈਕਲਿੰਗ ਮੈਨੇਜਮੈਂਟ ਸਿਸਟਮ ਬਹੁਤ ਚੰਗੇ, ਪਰ ਹਾਲੇ ਇੱਥੇ ਵੀ ਇਹਨੂੰ ਹੋਰ ਚੰਗਾ ਕਰਨ ਦੀ ਲੋੜ ਹੈ। ਅਤੇ ਮੇਰਾ ਕਹਿਣ ਦਾ ਤੁਹਾਨੂੰ ਭਾਵ ਇਹ ਸੀ ਦਰਸ਼ਕੋ ਵੀ ਇਹ ਦੇਖੋ ਜੇ ਅਮੈਰੀਕਾ ਵਰਗੇ ਕੰਟਰੀ 'ਚ ਵੀ ਜਿਹੜਾ ਪੂਰੀ ਇਹ ਵੇਸਟ ਸਿਸਟਮ ਰੀਸਾਈਕਲਿੰਗ ਰੀਯੂਜ਼ ਪੂਰੇ ਨਹੀਂ ਗਏ ਤਾਂ ਫਿਰ ਜਿਹੜੀਆਂ ਪੂਅਰ ਕੰਟਰੀ ਹੈ ਉਹਨਾਂ 'ਚ ਕੀ ਹਿਸਾਬ ਹੋਊਗਾ? ਹੁਣ ਆਪਾਂ ਅੱਗੇ ਅਤੇ ਚੱਲਦੇ ਹਾਂ ਬਈ, ਸਵੀਡਨ ਇੱਕ ਇਹੋ ਜਿਹਾ ਕੰਟਰੀ ਹੈ ਜਿੱਥੇ ਜ਼ੀਰੋ। ਉਸ ਤੋਂ ਪਹਿਲਾਂ ਮੈਂ ਲੈਂਡਫਿਲ 'ਤੇ ਫਿਰ ਆਉਣਾ ਆ, ਮੇਰਾ ਕੁਐਸਚਨ ਇੱਥੇ ਖੜ੍ਹਾ ਹੋ ਜਾਂਦਾ ਕਿ ਤੁਸੀਂ ਦੱਸਿਆ ਵੀ ਵਟ ਐਵਰ ਦਾ ਜਿੰਨਾ ਟਨ ਆ ਲੈਂਡਫਿਲ ਆਪਾਂ ਸੋਲਿਡ ਵੇਸਟ ਡੰਪ ਕਰ ਦਿੰਦੇ ਹਾਂ ਧਰਤੀ ਦੇ ਵਿੱਚ, ਜਿਹੜਾ ਜਿਹੜਾ ਸੋਇਲ ਪੋਲਿਊਸ਼ਨ ਆ ਜਾਂ ਮਿੱਟੀ ਦਾ ਆ ਜਾਂ ਫਿਰ ਉਹ ਜਿਸ ਧਰਤੀ ਦੇ ਥੱਲੇ ਨੱਪਿਆ ਗਿਆ ਆ ਉਹ ਕੀ ਟੋਟਲ ਜਿਹੜੀ ਅਰਥ ਆ ਉਹਦੇ ਵਿੱਚ ਵੀ ਕੋਈ ਪੋਲਿਊਟ ਕੋਈ ਉਹ ਲੌਂਗ ਟਾਈਮ ਅੱਗੇ ਜਾ ਕੇ ਕੋਈ ਖਰਾਬੀ ਕਰ ਸਕਦਾ ਇਹ ਚੀਜ਼ਾਂ? ਜਿਹੜਾ ਲੈਂਡਫਿਲ ਹੁੰਦੇ ਆ ਨਾ ਜੀ ਜੀ, ਇਹ ਇਹਦੇ ਨਾਲ ਜਿਹੜਾ ਇਟ ਡਿਪਲੀਟਸ ਦਾ ਕੁਆਲਿਟੀ ਆਫ ਦਾ ਅਰਥ, ਜਿਹੜੀ ਉਹਦੀ ਟਾਪ ਸੋਇਲ ਹੈ ਜੀ ਜੀ, ਜਿਹੜਾ ਉਹਦਾ ਟਾਪ ਲੇਅਰ ਹੈ ਉਹ ਬੜਾ ਮਿਲੀਅਨ ਟਨ ਬਿਲੀਅਨ ਟਨ ਪਰ ਈਅਰ ਦੇ ਹਿਸਾਬ ਨਾਲ ਉਹ ਜਿਹੜੀ ਲੈਂਡ ਕਵਰ ਹੈ ਉਹ ਖਰਾਬ ਹੋ ਜਾਂਦਾ ਖਰਾਬ ਹੋ ਜਾਂਦੀ ਖਰਾਬ ਬਾਕੀ ਉਹਦੇ ਨਾਲ ਇਹ ਹੈ
अल्टीमेटली करके होना की है, जिहड़ी चीज़ लैंडफिल च गई उत्थे वो पई रही, वो थले कुछ उसचों फ्यूम बन के बाहर नूं आउणगे जी, क्योंकि उहदे विच सिस्टम भी लाए जांदे आ, उहनूं फिर जलाया जांदा है। ये बड़ी उत्थे भी टेक्नोलॉजी है, ऐनू डंप करके, एक तो सीधा डंप है वह नुकसान है, पर जो इनू वो करते हैं इनसिनरेट, उत्थे बकायदा उन्होंने सिस्टम बने जाते हैं, फिर उन्होंने वैल्स होंगे हैं, उन्होंने जी मिथेन निकलती है वो जल के वो उतों खत्म होंगी है, थोड़े बहुत फ्यूम्स थोड़े एटमोसफियर जाने, पर जो मीह पैंदा है पानी पैंदा है वो उतों फिर जोड़े कैमिकल्स हैं वो थले सीप करके ग्राउंड वाटर च आ जाएंगे, जदों ग्राउंड वाटर तुसी बाहर लियाओगे वो तुहाडी दूजी सिस्टम च आ जाएगा, जेडे साडियां स्ट्रीम दे विच पै के फ्रैश रिवर साडे चले जाएंगे वो फिर अपने सिस्टम च आ जाने, सो ये साइकल बन जाता, पोल्यूशन का भी साइकल बन जाता, हवा पानी लैंड एक्चुअली तो इकट्ठे ही हो जाते हैं, हवा भी ह्यूमन बीइंग है, एटमोसफियर च हो गई, मुड़ के मीह पिया वो जोड़े पार्टीकल हैं वो फिर थले आए, वो जो सल्फ्यूरिक एसिड तो नाइट्रोजन ऑक्साइड बन गया उस जो उन्होंने मॉइस्चर बनया वो एसिड रेन बन गई, सो ये सारिया चीज़ा जड़िया ये रलियाँ जी। जी भाईओ साहब तुसी बहुत चंगा इलैबरेट कर रहे हो, ब्रेक तो बाद मैं इन्हें हार्मफुल फैक्ट्स पूछूंगा हर चीज़ के हर तरह के पोल्यूशन जे। दर्शकों बहुत सोहना प्रोग्राम पोल्यूशन के उत्ते डॉक्टर साहब दे रहे हैं, आप रुकना पै रहा एक छोटी जी ब्रेक लिए, इतने बने रहे हो जस पंजाबी ते। स्वागत जी तुहाडा सारयां दा फेयर प्रोग्राम ओपन प्लेटफॉर्म दे जस पंजाबी दे मंच तो। दर्शको मैं तुहाडे रूबरू हुन्ना ट्यूजडे वेंसडे थर्सडे शाम नूं 9 बजे पैसिफिक टाइम साडे कैलिफोर्निया स्टूडियो तो। दर्शको अगेन तुहाडे इनफॉर्मेशन वास्ते दस देवां कि हुण जिहड़े इवेंट्स ओपन हो गए ने, हर रेस्टोरेंट ओपन है, हर इदारे नूं हर प्रोग्राम नूं तुहाडे सहयोग की लोड़ हुंदी, जे तुसीं चाहुंदे हो जस टीवी की टीम तुहाडी हर प्रोग्राम नूं या इवेंट कवर करे सानू जरूर info@justbroadcasting.com या फिर 209-433-8 संपर्क करके तुहाडा सहयोग देना, या असीं चाहवांगे तुसीं सानू सहयोग दो। अपने नाल बने हुए ने मानयोग डॉक्टर रिशपाल सिंह बाजवाई, जिहड़े पोल्यूशन का हर मुद्दा जिहड़ा बहुत ही वधिया हर मैटर सोहना इलैबोरेट कर रहे ने, आपां अगे वधाउणे आ, पर सब तो पहला अपने नाल एक कालर जुड़ गया ना, एक कॉल लै के आपां अगे वधदे हां जी। सत श्री अकाल जी, तुसी आउंदे हो डॉक्टर पन्नू, बहुत बहुत स्वागत जी तुहाडा जस पंजाबी ते। जी जस पंजाबी दे सारे दर्शकां दा बहुत बहुत धन्यवाद। असीं बाजवा साहब तो यह पुछना चाहवांगे कि यह जिहड़ा कलाइमेट चेंज आ जां एनवायरमेंट दे विच तब्दीलियां आ रहियां, इहदा लाइव स्टॉक ते जां पशु धन दे उत्ते जां कणक ते झोने दी प्रोडक्शन दे उत्ते की असर पवेगा जी? जी जी आंसर सुनो पन्नू साहब जी। भाई साहब हां जी, सत श्री अकाल पन्नू साहब। सत श्री अकाल जी बाजवा साहब, ਅਸੀਂ ਤੁਹਾਡੇ ਤੋਂ ਆ ਸਵਾਲ ਪੁੱਛਣਾ ਚਾਹੁੰਦੇ ਜੀ, ਇੱਥੇ ਚਾਰਣਾ ਪਾਇਓ ਜੀ। ਹਾਂ ਜੀ, ਦੇਖੋ ਜੀ ਇਸ ਤਰ੍ਹਾਂ ਹੈ, ਜਿਵੇਂ ਆਪਾਂ ਪਹਿਲਾਂ ਵੀ ਕੀਤਾ ਜੀ, ਬਈ ਕਲਾਈਮੇਟ ਚੇਂਜ ਜਦੋਂ ਤੁਸੀਂ ਐਕਸੈਸਿਵ ਫਾਸਲ ਫਿਊਲ ਫਰਟੀਲਾਈਜ਼ਰ ਦੂਜੀਆਂ ਚੀਜ਼ਾਂ ਪਾਓਗੇ, ਕਲਾਈਮੇਟ ਚੇਂਜ ਤਾਂ ਹੋਣੀ ਹੈ ਜੀ। ਉਹਦੀ ਜਿਹੜੀ ਪ੍ਰੋਸੈਸ ਹੈ ਉਹ ਤਕਰੀਬਨ ਸਭ ਦਰਸ਼ਕਾਂ ਨੂੰ ਪਤਾ ਹੈ, ਆਪਾਂ ਥੋੜ੍ਹੀ ਜਿਹੀ ਪਹਿਲਾਂ ਦੱਸੀ ਵੀ ਹੈ ਜੀ ਜੀ ਜੀ। ਹੁਣ ਜਿਹੜਾ ਉਹਦਾ ਕਲਾਈਮੇਟ ਚੇਂਜ ਦਾ ਇਫੈਕਟ ਹੈ ਜੀ, ਅਗਰ ਆਪਾਂ ਇੰਡੀਆ ਲੈ ਲਈਏ, ਬਾਜੋ ਸਾਹਿਬ ਆਪਣੇ ਨਾਲ ਇੱਕ ਕਾਲਰ ਹੋਰ ਜੁੜ ਗਏ, ਇੱਕ ਮਿੰਟ ਉਹਨਾਂ ਦੀ ਕਾਲ ਲੈ ਕੇ ਅੱਗੇ ਵੱਧਦੇ ਹਾਂ ਜੀ। ਅਟਵਾਲ ਸਾਹਿਬ ਤੁਸੀਂ ਆਨ ਏਅਰ ਹੋ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜਸ ਪੰਜਾਬੀ ਦੇ ਮੰਚ ਤੇ। ਗੁਲਾਲ ਜੀ ਬਹੁਤ ਧੰਨਵਾਦ, ਤੇ ਬਾਜਵਾ ਸਾਹਿਬ ਬਹੁਤ ਸ਼ੁਕਰੀਆ ਕਿ ਜਿਹੜਾ ਤੁਸੀਂ ਗਲੋਬਲ ਵਾਰਮਿੰਗ ਦਾ ਏਅਰ ਸੋਇਲ ਵਾਟਰ ਪੋਲਿਊਸ਼ਨ ਬਾਰੇ ਸਾਨੂੰ ਜਾਣਕਾਰੀ ਦੇਣ ਵਾਸਤੇ ਆਪਣਾ ਸਮਾਂ ਕੱਢਿਆ ਜੀ। ਤੇ ਬਾਜਵਾ ਸਾਹਿਬ ਇੱਕ ਸਵਾਲ ਸੀਗਾ ਜੀ, ਜਿਸ ਹਿਸਾਬ ਨਾਲ ਡਿਵੈਲਪਡ ਕੰਟਰੀਜ਼ ਦੇ ਵਿੱਚ ਇੱਕ ਧਾਰਨਾ ਹੋ ਗਈ ਸੀਗੀ ਕਿ ਇਹ ਸਾਰਾ ਪੋਲਿਊਸ਼ਨ ਜਿਹੜਾ ਆ ਵੀ ਡਿਵੈਲਪਿੰਗ ਕੰਟਰੀਜ਼ ਤੋਂ ਰਿਹਾ ਤੇ ਇੰਪੈਕਟ ਵੀ ਉਹਨਾਂ ਨੂੰ ਕਰ ਰਿਹਾ ਜੀ, ਤੇ ਪਰ ਹੁਣ ਰੀਸੈਂਟਲੀ ਦੇਖਣ ਨੂੰ ਮਿਲਿਆ ਜੀ ਡਿਵੈਲਪਡ ਕੰਟਰੀਜ਼ ਦੇ ਵਿੱਚ ਵੀ ਇਹਦਾ ਪ੍ਰਕੋਪ, ਜਿੱਦਾਂ ਟੈਕਸਸ ਦੀ ਗੱਲ ਕਰੀਏ US ਦੇ ਵਿੱਚ, ਉੱਥੇ ਬਹੁਤ ਜੱਦੋਜਹਿਦ ਹੋਈ ਤੇ ਇਸ ਵੇਲੇ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਗਰਮੀ ਇੰਨੀ ਜ਼ਿਆਦਾ ਪੈ ਰਹੀ ਆ ਕਿ ਬਿਜਲੀ ਦੀਆਂ ਲਾਈਨਾਂ ਤੱਕ ਇੰਪੈਕਟ ਹੋ ਰਹੀਆਂ ਹੈ ਜੀ। ਜੀ 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 ਤੇ ਇਹਦੇ ਵਿੱਚ ਤੁਹਾਡਾ ਕੀ ਮੈਸੇਜ ਹੈ ਜੀ ਕਿ ਜਿਹੜੇ ਡਿਵੈਲਪਡ ਕੰਟਰੀਜ਼ ਦੇ ਪਾਲਿਸੀ ਮੇਕਰਸ ਆ ਉਹ ਕਿਸ ਤਰੀਕੇ ਦੇ ਨਾਲ ਵੈਲਿਊ ਐਡ ਕਰ ਸਕਦੇ ਆ, ਦੂਜੀ ਗੱਲ ਜਿਹੜਾ ਸਿਟੀਜ਼ਨ ਜਾਗਰੂਕ ਹੈ ਜੀ 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 ਉਹ ਦੂਸਰੇ ਸਿਟੀਜ਼ਨ ਨੂੰ ਕਿਸ ਹਿਸਾਬ ਦੇ ਨਾਲ ਸਮਝਾ ਸਕਦਾ ਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ, ਇਹ ਤੇ ਸਾਨੂੰ ਤਵੱਜੋ ਦੇਣੀ ਚਾਹੀਦੀ ਹੈ ਜੀ।
ਬਹੁਤ ਬਹੁਤ ਧੰਨਵਾਦ ਅਟਵਾਲ ਸਾਹਿਬ। ਮੈਂ ਤੁਹਾਨੂੰ ਦੱਸਦਾ ਕਿ ਕੈਨੇਡਾ 'ਚ ਵੀ ਰੈਕਡ ਤੋੜ ਗਰਮੀ ਪੈ ਰਹੀ ਹੈ ਐਤਕੀ। ਸੁਣੋ ਆਨਸਰ ਸੁਣੋ ਤੁਹਾਡੇ ਕੁਐਸਚਨ ਦਾ। ਬਹੁਤ ਬਹੁਤ ਧੰਨਵਾਦ ਅਟਵਾਲ ਸਾਹਿਬ, ਤੁਸੀਂ ਕਾਲ ਕੀਤੀ। ਸ਼ੁਕਰੀਆ ਜੀ। ਹਾਂਜੀ, ਜਿਹੜੇ ਦੋਨੇ ਹੀ ਸਵਾਲ ਇਹਨਾਂ ਕਾਲਰਸ ਨੇ ਪੁੱਛੇ ਹੈ ਜੀ, ਉਹ ਬਿਲਕੁਲ ਅਲਟੀਮੇਟ ਇਫੈਕਟਸ ਹੈ ਪੋਲਿਊਸ਼ਨ ਦੇ, ਗਰਮੀ ਦੇ, ਜ਼ਿਆਦਾ ਜਿਹੜੀ ਮੌਸਮ 'ਚ ਚੇਂਜਿਸ ਹੋ ਰਹੀਆਂ। ਜਿਵੇਂ ਪਹਿਲਾਂ ਆਪਾਂ ਪੰਨੂ ਸਾਹਿਬ ਦਾ ਦੱਸ ਰਹੇ ਸੀ, ਪਰ ਮੁੜ ਕੇ ਅਟਵਾਲ ਸਾਹਿਬ ਦਾ ਵੀ ਅਤੇ ਆਪਣੀ ਡਿਸਕਸ਼ਨ 'ਚ ਇਹਨਾਂ ਦਾ ਜਵਾਬ ਦਿੱਤਾ ਜਾਏਗਾ। ਪਰ ਉਸ ਤੋਂ ਪਹਿਲਾਂ ਮੈਂ ਕੁਛ ਚੀਜ਼ਾਂ ਪਹਿਲਾਂ ਹੋਰ ਦੱਸ ਦੇਣੀਆਂ ਚਾਹੀਦੀਆਂ। ਹਾਂਜੀ, ਹਾਰਮਫੁਲ ਇਫੈਕਟ ਇਵੇਂ ਹੈ। ਹੁਣ ਜਿਵੇਂ ਏਅਰ ਪੋਲਿਊਸ਼ਨ ਹੈ, ਬਰਨਿੰਗ ਇਰੀਟੇਸ਼ਨ ਆਈ, ਐਜ਼ਮਾ, ਕਰਾਨਿਕ ਅਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼, ਲੰਗ ਕੈਂਸਰ, ਸਡਨ ਡੈਥ, ਜਿਵੇਂ ਇੱਕ ਵਾਰੀ ਭੋਪਾਲ 'ਚ ਵੀ ਹੋ ਗਈ ਸੀ, ਯੂਨੀਅਨ ਕਾਰਬਾਈਡ ਦਾ ਐਕਸੀਡੈਂਟ 1986 'ਚ ਹੋਇਆ ਸੀ, ਔਰ ਉਹ ਕਿੰਨੇ ਹੀ ਲੋਕ ਉੱਥੇ ਮਰ ਗਏ ਸੀ। ਸੋ ਸੁਨਾਮੀ ਆ ਜਾਣਾ, ਏਸਡ ਰੇਨ ਬਣਨਾ। ਇੱਕ ਗੱਲ ਹੋਰ ਲੈ ਲਈਏ ਆਪਾਂ, ਆਪਣੇ ਨਾਲ ਕਾਲਰ ਜੁੜ ਗਏ ਜੀ। ਸਵਾਗਤ ਜੀ, ਤੁਸੀਂ ਔਨ ਏਅਰ ਹੋ, ਕੌਣ ਸਾਹਿਬ ਬੋਲ ਰਹੇ ਹੋ? ਮੈਂ ਪਾਲ ਸਿੰਘ ਬੋਲ ਰਿਹਾ ਕੈਲੀਫੋਰਨੀਆ ਤੋਂ ਜੀ। ਪਾਲ ਸਿੰਘ ਜੀ, ਦੋਨਾਂ ਵਾਰਨ ਵਾਸਤੇ ਅੱਜ ਬਹੁਤ ਵਧੀਆ ਇਹਨਾਂ ਦੇ ਜਿਹੜਾ ਟੌਪਿਕ ਸਾਇੰਟੀਫਿਕਲੀ ਅਤੇ ਜਿਹੜਾ ਐਜੂਕੇਟਿਡ ਵਾਈਜ਼ ਸਾਨੂੰ ਐਜੂਕੇਟ ਕਰ ਰਹੇ ਨੇ। ਮੈਂ ਡਾਕਟਰ ਸਾਹਿਬ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ, ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸਨ, ਉਹਨਾਂ ਨੇ ਆਪਣੀ ਗੌਰਮੈਂਟ ਵੀ ਨਿਊਕਲੀਅਰ ਪਾਵਰ ਤੋਂ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨ ਵਾਸਤੇ ਸਟੇਟ ਨੇ ਲਾ ਦਿੱਤੀ ਸੀ ਜੀ, ਅਤੇ ਉਸ ਵਕਤ ਇੰਡੀਆ ਦੇ ਵਿੱਚ ਐਸ ਫਾਰ ਐਸ ਆਈ ਰਿਮੈਂਬਰ ਕੋਈ ਸੋਲਰ ਐਨਰਜੀ ਅਤੇ ਏਅਰ ਐਨਰਜੀ ਜਿਹੜਾ ਕਿ ਅਸੀਂ ਅਮੈਰੀਕਾ ਦੇ ਵਿੱਚ ਇੱਥੇ ਆ ਕੇ ਮੈਂ ਵੇਖਿਆ ਕਿ ਸੋਲਰ ਐਨਰਜੀ ਅਤੇ ਏਅਰ ਐਨਰਜੀ ਜਿਹੜੀ ਉਸ ਵਕਤ ਕਿ ਇੰਨੀ ਉਹ ਹੀ ਡਿਡਨਟ ਗੋ ਫਾਰ ਦੈਟ ਗੌਰਮੈਂਟ। ਇਹ ਦੋਨਾਂ 'ਤੇ ਡਿਫਰੈਂਸ ਦੱਸੋ ਕਿ ਉਹ ਪੋਲੀਟੀਕਲੀ ਸੀ ਹੈਗਾ ਸੀਗਾ ਕਿ ਡਿਸੀਜਨ ਜਾਂ ਕੋਈ ਇਹਦੇ ਵਿੱਚ ਕਿਸ ਚੀਜ਼ ਦਾ ਉਹਦੇ 'ਚ ਉਹ ਡਿਸੀਜਨ ਹੈ, ਉਹਨਾਂ ਦੇ ਡਿਸੀਜਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਜੀ, ਬਹੁਤ ਬਹੁਤ ਧੰਨਵਾਦ ਪਾਲ ਸਾਹਿਬ। ਪਾਲ ਸਿੰਘ ਜੀ, ਤੁਸੀਂ ਆਨਸਰ ਸੁਣੋ ਜੀ। ਧੰਨਵਾਦ ਤੁਹਾਡਾ। ਹਾਂਜੀ ਪਾਲ ਸਿੰਘ ਜੀ, ਇਸੇ ਸੈਗਮੈਂਟ ਦੇ ਵਿੱਚ ਜਾਂ ਅਗਲੀ ਦੇ ਵਿੱਚ ਤੁਹਾਡਾ ਮੈਂ ਜਵਾਬ ਜ਼ਰੂਰ ਦੇਊਂਗਾ ਜੀ, ਜਿੰਨੀ ਕੁ ਮੈਨੂੰ ਜਾਣਕਾਰੀ ਹੈ ਜੀ। ਜੀ ਬਾਜੋ ਸਾਹਿਬ, ਆਪਾਂ ਆਪਣਾ ਕਿ ਹਾਰਮਫੁਲ ਇਫੈਕਟ ਕਵਰ ਕਰੀਏ। ਹਾਂਜੀ, ਉਹ ਫਿਰ ਆਪਾਂ ਹੁਣ ਕਰਤੇ ਅਤੇ ਇਹਦੋਂ ਅੱਗੇ ਜਿਹੜੇ ਪਾਣੀ ਦੇ ਹੈ, ਜਿਹੜੀ ਵਾਟਰ ਪੋਲਿਊਸ਼ਨ ਹੈ, ਵਾਟਰ ਨੂੰ ਥੋੜ੍ਹਾ ਜਿਹਾ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਲੋਕਾਂ ਨੂੰ ਬਈ ਇਹ ਕਿਉਂ ਇੰਨਾ ਐਸੈਂਸ਼ੀਅਲ ਹੈ। ਦੇਖਿਆ ਜਾਏ ਤਾਂ ਜਿਹੜਾ ਵਾਟਰ ਹੈ, ਇਹ ਟੋਟਲ ਓਰੀਜਨ ਆਫ ਆਲ ਕਾਇੰਡ ਆਫ ਲਾਈਫ ਹੈ ਜੀ, ਥਰੂ ਓਸ਼ਨ, ਥਰੂ ਇਸ ਸਾਡੇ ਹਰ ਕੰਮ, ਇਸ ਤੋਂ ਬਿਨਾਂ ਹੋਰ ਕੁਛ ਨਹੀਂ ਹੋ ਸਕਦਾ। ਔਰ ਪਾਣੀ ਦੀ ਡਿਸਟ੍ਰੀਬਿਊਸ਼ਨ ਨੂੰ ਸਮਝੋ ਕਿ ਦੁਨੀਆ 'ਤੇ 70% ਓਸ਼ਨ ਹੈ, ਔਰ ਜਿਹੜਾ ਸਾਡਾ ਪਾਣੀ ਹੈ ਉਹ 97% ਓਸ਼ਨ ਦੇ ਵਿੱਚ ਹੈ, ਔਰ ਉਹ ਪਾਣੀ ਅਸੀਂ ਯੂਜ਼ ਨਹੀਂ ਡਾਇਰੈਕਟਲੀ ਕਰ ਸਕਦੇ, ਬਾਕੀ ਰਹਿ ਗਿਆ 3% ਜੀ। ਉਹ ਜਿਹੜਾ 3% ਹੈ ਉਹਦੇ 'ਚੋਂ ਜਿਹੜਾ 2.5% ਹੈ ਉਹ ਰੈਡਲੀ ਅਵੇਲੇਬਲ ਨਹੀਂ ਹੈ, ਦੈਟਸ ਅ ਬਾਉਂਡ ਵਾਟਰ, ਈਦਰ ਇਨ ਪੋਲਰ ਆਈਸ, ਇਨ ਗਲੇਸ਼ੀਅਰਸ, ਇਨ ਇਨਵਾਇਰਮੈਂਟ, ਜਾਂ ਉਹ ਪੋਲਿਊਟਡ ਹੈ ਅਤੇ ਜਾਂ ਉਹ ਧਰਤੀ ਦੇ ਇੰਨਾ ਥੱਲੇ ਹੈ ਕਿ ਉਹਨੂੰ ਕੱਢ ਕੇ ਲਿਆਉਣਾ ਬਹੁਤ ਔਖਾ ਔਰ ਮਹਿੰਗਾ। ਸੋ ਇੱਥੋਂ ਫਿਰ ਇਹ ਭਾਵ ਹੋਇਆ ਕਿ ਸਿਰਫ 0.5% ਪਾਣੀ ਹੈ ਜਿਹੜਾ ਸਾਡੀਆਂ ਫਰੈਸ਼ ਲੇਕਸ, ਰਿਵਰ, ਸਟਰੀਮ, ਰੇਨ ਦੇ ਨਾਲ ਦੁਬਾਰਾ ਆਉਂਦਾ। ਸੋ 0.5% ਤੋਂ ਅਸੀਂ ਸਾਰੀ ਦੁਨੀਆ ਦੇ ਕੰਮ ਕਾਰ ਚਲਾਉਂਦੇ ਹਾਂ, ਔਰ ਉਸ 0.5% 100 ਚੋਂ 0.5% ਇੱਕ ਮਿੰਟ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਵਾਯੂਆ ਸਾਹਿਬ ਕਹਿ ਰਹੇ ਕਿ 100 ਚੋਂ ਸਿਰਫ 0.5% ਪਾਣੀ ਹੈ ਜਿਹਨਾਂ ਆਪਾਂ ਪੂਰੀ ਦੁਨੀਆ ਚਲਾ ਰਹੇ ਹਾਂ, ਤਾਂ ਇਹ ਜ਼ਿਆਦਾ ਅਸੈਂਸ਼ਲ ਹੈ ਜਿਹੜਾ ਆਪਾਂ ਨੂੰ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਜਿਹੜਾ ਪਾਣੀ ਯੂਜ਼ ਕਰ ਰਹੇ ਹਾਂ। ਸੋਚੋ 0.5% ਹੈ ਜਿਹੜਾ 100% ਅਵੇਲੇਬਲ ਵਾਟਰ ਹੈ, ਸਿਰਫ 0.5% ਹੈ ਪੂਰੀ ਦਿਨ ਵਾਸਤੇ। ਹਾਂ, ਕਿਉਂਕਿ 70% ਤੁਹਾਨੂੰ ਦੱਸਿਆ ਬਈ ਓਸ਼ਨ ਹੈ ਟੋਟਲ ਦੁਨੀਆ ਦੀ ਜੀ, 97% ਪਾਣੀ ਸਮੁੰਦਰ 'ਚ। ਹੁਣ ਜਿਹੜਾ ਸਮੁੰਦਰ 'ਚੋਂ ਪਾਣੀ ਹੈ ਜੀ ਜੀ, ਉਹਨੂੰ ਅਗਰ ਕਲੀਨ ਕਰਨ ਦੀ ਲੋੜ ਪਵੇ, ਠੀਕ ਹੈ ਟੈਕਨੋਲੋਜੀ ਉਹਨੂੰ ਕਲੀਨ ਕਰ ਸਕਦੀ ਹੈ, ਪਰ ਪਾਣੀ ਇੰਨਾ ਮਹਿੰਗਾ ਹੋ ਜਾਏਗਾ ਔਰ ਉਹਦੀ ਕੁਆਲਿਟੀ ਉਹ ਨਹੀਂ ਬਣਦੀ ਜਿਹੜੀ ਸਾਡੀ ਫਰੈਸ਼ ਵਾਟਰ ਰਿਵਰ ਸਟ੍ਰੀਮ ਵਾਟਰ ਤੋਂ ਹੁੰਦੀ ਹੈ। ਹੁਣ ਜਿਹੜੀ ਪਾਣੀ ਹੈ, ਪਾਣੀ ਨੂੰ ਅਗਰ ਪਾਣੀ ਨਾ ਹੋਵੇ, ਇਟ ਕੈਨ ਅਫੈਕਟ ਹਿਊਮਨ ਹੈਲਥ, ਫੂਡ ਪ੍ਰੋਡਕਸ਼ਨ, ਸਾਡੀ ਕਲਾਈਮੇਟ ਇਨਵਾਇਰਮੈਂਟ, ਸਾਡੇ ਐਕੋਸਿਸਟਮ, ਜਿਹੜੇ ਕੁਦਰਤੀ ਵਸੀਲੇ ਆ ਸਾਡੇ, ਔਰ ਜਿਹੜੀ ਸਾਡੀ ਇਕਨੋਮਿਕ ਗਰੋਥ ਹੈ ਅਤੇ ਜਿਹੜਾ ਸਾਡੇ ਸੋਸ਼ਲ ਸਿਸਟਮ ਹੈ। ਔਰ ਜਿਵੇਂ ਕਈ ਵਾਰੀ ਆਪਾਂ ਸੁਣਦੇ ਵੀ ਹਾਂ ਕਿ ਇਹ ਹੋ ਸਕਦਾ ਟਾਈਮ ਆਏਗਾ ਕਿ ਅਫਰੀਕਨ ਕੰਟਰੀਆਂ ਜਾਂ ਕੁਝ ਹੋਰ ਕੰਟਰੀਆਂ ਵਿੱਚ ਪਾਣੀ ਇੰਨਾ ਘੱਟ ਹੋਊਗਾ ਕਿ ਉਹ ਇੱਕ ਦੂਜੇ ਕੰਟਰੀ 'ਤੇ ਉਹ ਵਾਰ ਕਰਕੇ ਜਿਹੜੇ ਪਾਣੀ ਦੇ ਰਿਸੋਰਸਿਸ ਆ ਉਹ ਵੀ ਖੋਹ ਜਾਣਗੇ। ਇਸ ਕਰਕੇ ਪਾਣੀ ਨੂੰ ਬਚਾਉਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਜੀ ਜੀ। ਸੋ
इस तो अगर जो टोटल इन्हों पानी के इफेक्ट हैं इट सिकनज अबाउट 1 बिलियन लोगों गंदा पानी ये बीमार करता, घट्टो घट 2 मिलियन पर साल वो चो मर जाते हैं, कॉलरा, टाइफाइड, पोलियो, जियाडिया योजना बीमारियां पैदा, नाइट्रेट से फॉसफेट की टॉक्सिसिटी होंगी है, हैवी मैटल टॉक्सिसिटी जिमें कैडमीयम, क्रोमीयम, कापर, लैड, ये बहुत डेंजरस चीज़ा है, इन्हों कैंसर दूजिया चीज़ा होंदिया। और जी सा फिर स्विमिंग जी सा फिशिंग है इंडस्ट्री वो भी खराब हो जाती है, जो एनवायरमेंट चाहिए उदो आप पहला क्या कि हार्मफुल फंगल ब्लूम बन जाते हैं जेडे ऑक्सीजन डिप्लीट करते हैं, और मेरीन डेबरस जेडे ओशन के पैचिस बन जाते हैं। सो ये काफ़ी जोड़ा है कि जनरल बेसिकली जो पन्नू साहब ने पूछा कि जी लाइफ स्टॉक है इस तरह हाँ इफेक्ट हो रही है हाँ उत्थे आ रहे हैं जी पन्नू साहब। सो गल है भी जो हाँ जो क्लाइमेट ही चेंज हो गई, अगर असं यह मान लिया भाई ये जो फॉसल फ्यूल या दूजी एनर्जी इन्नी असं बाल रहे हैं रिसोर्स यूज करते हैं, जो टैंपरेचर बढ़ गया टैंपरेचर ने ह्यूमन बीइंग ने भी इफेक्ट करना है, टैंपरेचर ने एनीमल्स ने भी करना है। और दूजी गल यह है कि जो टैंपरेचर बढ़ता है और वह फिर जो एटमॉस्फेरिक और समुद्र का टैंपरेचर बढ़ जाता, मैं कितने पढ़ता सी भी जिदन 1 से 2% समुद्र होर गर्म हो गया वो हार्मफुल इफेक्ट इन्ने हो गए कि कंट्रीज लाइक बंगलादेश ते कुछ होर जड़ियाँ नीवें धरातल से हैं समुद्र तो वह डुब जाएंगे, और जोड़े साढ़े लाइफ स्टॉक हैं इन्हों भी पानी जो पानी की घाट हो गई कि ड्राफ्ट पै गई कि फ्लड्स आ गए। सो आई होप भी मैं थोड़ा जी जी हाँ जी हाँ जी सो यदा क्लाइमेट चेंज का हो गया। तो अगों से अपने अटवाल साहब का क्वेश्चन सी उन्होंने क्वेश्चन तुम ऑलरेडी आंसर कर चुके हो पर फिर भी मैं दोबारा रिपीट कर दिना, उन्होंने क्वेश्चन है कि बाकी सारिया कंट्रिया जड़िया है आप सौ तरह के इल्जाम ला दें कि गरीब है, जी डिवेलप कंट्रिया है वो भी हम इस चीज़ का शिकार हो रही। एक्चुअली बहुत चंगा सवाल है जी जी ये जिमें आप पहला भी किया भी अमेरिका 5% पापूलेशन जी 33% रिसोर्स दुनिया के 30% जो गारबेज या सॉलिड वेस्ट प्रोड्यूस करता, और इत्थे अमेरिका च इन्ने सिस्टम चंगे होने करके भी 34 बिलियन गैलन जिहड़ा वेस्ट वाटर है एवरीडे साडे प्लांट जिहड़े हैं उन्हें प्रोसैस करते हैं, पर स्टिल असी 850 बिलियन जिहड़ा वा वो असी इधर उधर सुट देने। सो इहदे नाल हार्म तो होंगे हैं, बाकी जिहड़ियां डिवेलप नेशनज हैं ये ठीक है जिहड़ियां अजकल वर्ल्ड लैवल से जिहड़ियां कमेटियां मीटिंग्स WHO यूनाइटेड नेशनज अपनी एनवायरमेंटल प्रोटेक्शन एजेंसी वो बह के जिहड़ियां पॉलिसीज बनदियां डिवेलप कंट्रियां दा वो बहुत वड्डा रोल है भी है, और इन्हां नूं होर रोल प्ले करना चाहिए, तो एट द सेम टाइम जिहड़ियां डिवेलपिंग कंट्रीज हैं उन्हां नूं भी एनर्जी की बहुत लोड़ है, तो उन्हां नूं वो बनाउण वास्ते वो उन्हां नूं यूज़ करन, पर उन्हां नूं भी एक बहुत फेथफुल सिटीजन होके जी उतों की पोल्यूशन है उन्हें वो ना कर। साहब तुम बहुत सोहना एलैबरेट किया, इस तो बाद आप सोल्यूशन से जाने कि किदा ऑलमोस्ट तो सोल्यूशन से आ चुके हो, पर आप रुकना पै रहा एक छोटी जी ब्रेक लिए, दर्शको बने हुए हैं मानयोग डॉक्टर यशपाल सिंह बाजवा, सानू रुकना पै रहा लास्ट ब्रेक लिए, इदा ही बने रहो जस पंजाबी। स्वागत जी तुहाडा सारयां दा फिर प्रोग्राम ओपन प्लेटफॉर्म दे विच जस पंजाबी दे मंच तो, दर्शको अपने नाल जुड़े हुए ने मानयोग रिशपाल सिंह बाजवा जी, ते पोल्यूशन दे उत्ते बहुत ही सोहना सैशन अपने नाल ला रहे। बाजवा साहब एक तो सरदारपाल सिंह जी का क्वेश्चन सी, तुहानू याद होना डॉक्टर मनमोहन सिंह जी बारे दस रहे सी, उन्होंने सरकार दे विच एनर्जी लई जो चीज़ां करनियां चाहीदियां सी उधर नूं वधे नहीं शायद कोई कारण रहे होणगे जिहड़ा तुसीं दसोगे। दूसरा मैनूं दस्सो भी आपां सारे फैक्ट ते इफेक्ट कर रहे हैं तो चाह अड्ड अड्ड तरह का पोल्यूशन भी, पर हुण इहनूं सोल्यूशन अपने को मिनट सिर्फ 7-8 ने मैनूं इह दस्सो कि इहदा सोल्यूशन की है। हाँ जी जिहड़ा डॉक्टर मनमोहन सिंह का क्वेश्चन सी उन्होंने टाइम च जिहड़ी मेरी नॉलेज के लिहाज न जी न्यूकलीयर एनर्जी अटोमिक न्यूकलीयर तो बना साहब तुम गल शुरू कर तो पहला मैं एक चीज दसना चाहवागा। हाँ जी जी तुम ना सोयल टैंपरेचर के वाधे की गल की, मैं वे एक दसना चाहवागा कि अपने
नॉर्थ अमेरिका कंटीनेंट ते साउथ अमेरिका कंटीनेंट दे विच मल्चिंग दा बड़ा रिवाज है, सोयल नू कवर करके रखन दा बड़ा रिवाज है, बड़ी चंगी गल है। पर डिवेलपिंग कंट्री इंडिया दे विच जो मैं तजर्बे कीते सी, मैं अपनी पीएचडी दी डाटा कोट करना चाहांगा, 2005 दे विच जी असी हैप्पी सीडर टेक्नोलॉजी दित्ती ते जिहड़ा पराली नू ना साड़ के इन सीटू मैनेजमेंट करन दी जदों गल कीती ਤਾਂ ਅਸੀਂ ਉਦੋਂ ਤਜਰਬਿਆਂ ਦੇ ਵਿੱਚ ਸੋਇਲ ਟੈਂਪਰੇਚਰ ਮੈਜ਼ਰਮੈਂਟ ਕੀਤਾ ਜੀ। ਉਹਦੇ ਚ ਰਿਜ਼ਲਟ ਆਏ ਕਿ ਜਦੋਂ ਅਸੀਂ ਝੋਨੇ ਦੀ ਪਰਾਲੀ ਨੂੰ ਇਨ ਸੀਟੂ ਫੀਲਡ ਦੇ ਵਿੱਚ ਮੈਨੇਜਮੈਂਟ ਕਰਕੇ ਕਣਕ ਬੀਜੀ, ਤਾਂ ਜਦੋਂ ਅਸੀਂ ਕਣਕ ਦੇ ਉੱਗਣ ਵੇਲੇ ਸੋਇਲ ਟੈਂਪਰੇਚਰ ਮੈਜ਼ਰ ਕੀਤਾ ਤਾਂ ਉਸ ਰੇਂਜ ਦੇ ਵਿੱਚ ਲੋਅਰ ਟੈਂਪਰੇਚਰ ਸੀ ਉਹ ਤਾਂ ਨੂੰ ਉੱਠਿਆ, ਔਰ ਜਿਹੜਾ ਉੱਪਰਲਾ ਟੈਂਪਰੇਚਰ ਸੀ ਉਹ ਥੱਲੇ ਨੂੰ ਗਿਆ। ਸਾਨੂੰ ਇੱਕ ਨੈਰੋ ਰੇਂਜ ਟੈਂਪਰੇਚਰ ਸੋਇਲ ਦਾ ਮਿਲਿਆ ਜਿਹੜਾ ਕਿ ਉਹਦੇ ਜਰਮੀਨੇਸ਼ਨ ਵਾਸਤੇ ਬਹੁਤ ਵਧੀਆ ਚੀਜ਼ ਹੈ। ਔਰ ਸਾਨੂੰ ਲੋੜ ਹੈ ਕਿ ਡਿਵੈਲਪਿੰਗ ਕੰਟਰੀ ਦੇ ਵਿੱਚ ਸੋਇਲ ਮਲਚਿੰਗ ਦਾ ਜਿਹੜਾ ਕਲਚਰ ਆ, ਜਿਹੜਾ ਰੀਤੀ ਰਿਵਾਜ ਹੈ, ਉਹਨੂੰ ਪ੍ਰਸੰਨਤ ਕਰਨਾ ਚਾਹੀਦਾ ਔਰ ਝੋਨੇ ਦੀ ਪਰਾਲੀ ਸਾੜਨ ਤੋਂ ਨਿਜਾਤ ਮਿਲ ਸਕਦੀ ਹੈ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਤੁਸੀਂ ਬਹੁਤ ਵਧੀਆ ਚੀਜ਼ਾਂ, ਔਰ ਇਹ ਐਕਚੁਲੀ ਮੇਰੇ ਦਿਮਾਗ 'ਚ ਸੀਗੀ ਔਰ ਆਪਾਂ ਕਿਸ ਦਿਨ ਸੈਸ਼ਨ ਸਪੈਸ਼ਲ ਲਾਵਾਂਗੇ ਇਹਨੂੰ ਇਲੈਬਰੇਟ ਕਰਨ ਲਈ। ਹੁਣ ਤੁਸੀਂ ਇਹਦਾ ਆਨਸਰ ਵੀ ਸੁਣੋ ਜੀ ਬਾਈਓ ਸਾਹਿਬ। ਹਾਂਜੀ ਪੰਨੂ ਸਾਹਿਬ ਦਾ ਕੁਐਸਚਨ ਬਹੁਤ ਚੰਗਾ ਹੈ, ਬਹੁਤ ਅੱਛੀ ਰਿਸਰਚ ਕੀਤੀ ਹੈ ਜੀ। ਪਰ ਆਨਸਰ ਮੇਰੇ ਵੱਲੋਂ ਇਹ ਹੈ ਵੀ ਗਵਰਨਮੈਂਟ ਇੰਡੀਆ ਸਟੇਟ ਆਫ ਪੰਜਾਬ ਜਦੋਂ ਉਹ ਪ੍ਰੋਜੈਕਟ ਉੱਥੇ ਕਰਵਾਉਂਦੀ ਹੈ ਤਾਂ ਉਹ ਉਹਨਾਂ ਨੂੰ ਅੱਗੋਂ ਉਹ ਮੁੜ ਕੇ ਰਿਕਮੈਂਡੇਸ਼ਨ ਨੂੰ ਨਹੀਂ ਲਾਉਂਦੀ, ਉਹ ਉਹਨਾਂ ਨੂੰ ਲਾਉਣੀ ਚਾਹੀਦੀ। ਹੁਣ ਆਪਾਂ ਡਾਕਟਰ ਮਨਮੋਹਨ ਸਿੰਘ ਦੇ ਟਾਈਮ 'ਤੇ ਆਉਂਦੇ ਹਾਂ ਜੀ ਜੀ, ਉਹ ਨਿਊਕਲੀਅਰ ਐਨਰਜੀ ਉਹਨਾਂ ਨੇ ਪ੍ਰੋਜੈਕਟ ਲਵਾਉਣਾ ਸੀ, ਔਰ ਮੇਰਾ ਖਿਆਲ ਹੈ ਕਿ ਉਹਨਾਂ ਦਾ ਸਵਾਲ ਇਹ ਸੀ ਵੀ ਲੈਣ ਆਪਣੀ ਵਿੰਡ ਅਤੇ ਜਿਹੜੀ ਹੈ ਆਪਣੀ ਸੋਲਰ ਉਹ ਕਿਉਂ ਨਹੀਂ ਲਾਈ ਜੀ। ਇਹ ਦੇਖੋ ਜਿਹੜੀ ਐਨਰਜੀ ਦੀ ਨੀਡ ਹੈ, ਜਦੋਂ ਬਹੁਤ ਲਾਰਜ ਸਕੇਲ 'ਤੇ ਨੀਡ ਹੁੰਦੀ ਹੈ, ਉਹ ਵਿੰਡ ਅਤੇ ਸੋਲਰ ਇੰਨੀ ਛੇਤੀ ਨਹੀਂ ਕਰ ਸਕਦੇ। ਘਰੇਲੂ ਯੂਜ਼ ਵਾਸਤੇ ਉਹ ਬਹੁਤ ਚੰਗੀ ਹੈ, ਔਰ ਉਹ ਟੈਕਨੋਲੋਜੀ ਇੰਡੀਆ 'ਚ ਲੱਗ ਰਹੀ ਹੈ, ਹੋਰ ਲੱਗਣੀ ਵੀ ਚਾਹੀਦੀ ਹੈ ਜੀ। ਉਹ ਬਹੁਤ ਸੇਫ ਹੈ, ਪਰ ਜਿਹੜੀ ਨਿਊਕਲੀਅਰ ਹੈ ਉਹ ਬੜੀ ਹਿਊਜ ਅਮਾਊਂਟ 'ਚ ਛੇਤੀ ਬਣਦੀ ਹੈ, ਔਰ ਓਵਰਆਲ ਉਹ ਵੀ ਸੇਫ ਹੈ, ਉਹ ਵੀ ਚੀਪ ਹੈ, ਉਹ ਕਲੀਨ ਐਨਰਜੀ ਵੀ ਹੈ ਜੀ। ਹੁਣ ਆਪਾਂ ਆਉਂਦੇ ਹਾਂ ਇਹਨਾਂ ਦੇ ਸਲਿਊਸ਼ਨਸ 'ਤੇ ਪਹਿਲਾਂ ਤਾਂ ਆਪਾਂ ਥੋੜ੍ਹਾ ਜਿਹਾ ਇਹ ਵੇਖ ਲਈਏ ਵੀ ਇਹ ਜਿਹੜੀਆਂ ਮੇਜਰ ਚੀਜ਼ਾਂ ਹੈ ਵੀ ਇਹਨਾਂ ਨੂੰ ਬਾਇਓਡੀਗਰੇਡ ਜਾਂ ਡਿਗਰੇਡ ਹੋਣ 'ਚ ਕਿੰਨਾ ਚਿਰ ਲੱਗਦਾ। ਜਿਹੜਾ ਕਾਗਜ਼ ਹੈ ਇਹ 2-4 ਹਫ਼ਤੇ 'ਚ ਗਲ ਜਾਂਦਾ ਜੀ ਜੀ ਜੀ। ਜਿਹੜੀਆਂ ਔਰੰਜ ਪੀਲ ਹੈ ਉਹਨਾਂ ਨੂੰ ਕੋਈ 6 ਮਹੀਨੇ ਲੱਗ ਜਾਂਦੇ ਆ। ਜਿਹੜੇ ਮਿਲਕ ਦੇ ਕਾਰਟਨ ਹੈ ਗੱਤੇ ਵਾਲੇ ਉਹ ਕੋਈ 5 ਸਾਲ 'ਚ ਹੋ ਜਾਂਦੇ ਆ। ਜਿਹੜੇ ਪਲਾਸਟਿਕ ਬੈਗ ਹੈ ਉਹਨਾਂ ਨੂੰ 15 ਸਾਲ ਲੱਗਦੇ। ਜਿਹੜੇ 10 ਕੈਨਸ ਹੈ ਉਹਨਾਂ ਨੂੰ 100 ਸਾਲ ਲੱਗਦੇ ਆ। ਜਿਹੜੀਆਂ ਪਲਾਸਟਿਕ ਬਾਟਲ ਹੈ ਉਹ 450 ਸਾਲ ਤੱਕ ਵੀ ਨਹੀਂ ਗਲਦੀਆਂ, ਔਰ ਜਿਹੜੇ ਗਲਾਸ ਬਾਟਲ ਹੈ ਉਹਨੂੰ 500 ਸਾਲ ਲੱਗ ਜਾਂਦੇ। ਸੋ ਜਿਹੜੀ ਸਟੈਰੋਫਾਰਮ ਹੈ, ਜਿਹੜੀ ਆਪਾਂ ਇੱਕ ਫੋਮ ਦੇਖਦੇ ਹਾਂ ਪੈਕੇਜ 'ਚ ਆਉਂਦੀ ਹੈ ਜਾਂ ਹੋਰ ਚੀਜ਼ਾਂ ਦੀਆਂ ਚੀਜ਼ਾਂ ਵਲੇਟੀਆਂ ਹੁੰਦੀਆਂ, ਇਹ ਤਾਂ ਕਦੀ ਨਹੀਂ ਗਲਦੀ, ਨੈਵਰ। ਸੋ ਇਹ ਦੱਸਣ ਦਾ ਭਾਵ ਇਹ ਸੀ ਵੀ ਪਲੀਜ਼ ਅਸੀਂ ਇੱਕ ਚੰਗੇ ਸਿਟੀਜ਼ਨ ਬਣੀਏ ਔਰ ਇਹਨਾਂ ਚੀਜ਼ਾਂ ਨੂੰ ਸੁੱਟਣ ਤੋਂ ਗੁਰੇਜ਼ ਕਰੀਏ। ਹੁਣ ਆਪਾਂ ਆਉਂਦੇ ਹਾਂ ਵੀ ਇਹਨਾਂ ਦੀ ਪੋਲਿਊਸ਼ਨ ਜਿਹੜੀ ਹੈ ਉਹ ਕਿਵੇਂ ਹਟ ਸਕਦੀ ਹੈ। ਹਾਂਜੀ ਹਾਂਜੀ। ਸੋ ਇਹਨੂੰ ਪਹਿਲਾਂ ਤਾਂ ਜਿਹੜਾ ਚੰਗਾ ਰੀਸਾਈਕਲ ਹੋਣਾ ਚਾਹੀਦਾ ਜੀ। ਰੀਸਾਈਕਲ 'ਚੋਂ ਜਿਹੜਾ ਟਰੈਸ਼ ਹੈ ਉਹਨੂੰ ਸਕਰੀਨ ਕਰੋ, ਜਿਹੜੀਆਂ ਚੀਜ਼ਾਂ ਜਿੱਥੇ ਜਾਣੀਆਂ, ਜਿਹੜੀ ਬਰਨਿੰਗ 'ਚ ਜਾਣੀ ਹੈ ਉੱਥੇ ਜਾਵੇ, ਜਿਹੜੀ ਰੀਯੂਜ਼ 'ਚ ਜਾਣੀ ਹੈ ਰੀਯੂਜ਼ ਜਾਵੇ, ਜਿਹਦਾ ਕੋਈ ਨੁਕਸਾਨ ਨਹੀਂ ਹੈ ਉਹਨੂੰ ਲੈਂਡਫਿਲ ਦੇ ਵਿੱਚ ਪਾ ਦਿਓ ਜੀ। ਸੋ ਇਸ ਤਰ੍ਹਾਂ ਹੁਣ ਕਰਕੇ ਜਿਵੇਂ ਆਸਟਰੀਆ ਅਤੇ ਸਵਿਟਜ਼ਰਲੈਂਡ ਹੈ ਉਹ ਰੀਸਾਈਕਲ 50-60% ਕਰ ਦਿੰਦਾ ਜੀ। ਔਰ ਇਹਦੇ 'ਤੇ ਅੱਗੇ ਆ ਕੇ ਗੌਰਮੈਂਟ ਦੇ ਲਾਜ਼ ਐਂਡ ਜਿਹੜੇ ਰੈਗੂਲੇਸ਼ਨ ਹੈ ਉਹ ਬਹੁਤ ਚੰਗੇ ਹੋਣੇ ਚਾਹੀਦੇ ਆ, ਔਰ ਉਹ ਉਹਨਾਂ ਨੂੰ ਫੋਰਸਫੁਲੀ ਲਵਾਉਣੇ ਚਾਹੀਦੇ ਆ। ਇਹਦੇ ਵਾਸਤੇ ਜਿਹੜੀਆਂ ਇੰਡਸਟਰੀਜ਼ ਹੈ ਜਿਹੜੀਆਂ ਵਾਇਲੇਸ਼ਨ ਕਰਨ ਉਹਨਾਂ ਨੂੰ ਹੈਵੀ ਫਾਈਨਸ ਲੱਗਣੇ ਚਾਹੀਦੇ ਆ, ਲੱਗਦੇ ਵੀ ਹੈ। ਕਈਆਂ ਥਾਵਾਂ 'ਤੇ ਤਾਂ ਇਵੇਂ ਹੀ ਹੁੰਦਾ ਕਿ ਜੇ ਉਹ ਲੈਂਡ ਨੂੰ ਪੋਲਿਊਟ ਕਰਦੇ ਆ ਤਾਂ ਸਾਰਾ ਖਰਚਾ ਉਹਨੂੰ ਠੀਕ ਕਰਨ ਵਾਸਤੇ ਉੱਥੇ ਪਵਾਇਆ ਜਾਂਦਾ। ਸਾਡੇ ਬੈਕ ਹੋਮ ਕੰਟਰੀ 'ਚ ਇਹਨਾਂ ਚੀਜ਼ਾਂ ਦੀ ਬਹੁਤ ਘਾਟ ਹੈ। ਦੇਖੋ ਜਿਵੇਂ ਗੰਗਾ ਰਿਵਰ ਹੈ ਉਹ ਦੁਨੀਆ ਦਾ ਮੋਸਟ ਪੋਲਿਊਟਿਡ ਰਿਵਰ ਆ। ਜਿਹੜੇ 30 ਸ਼ਹਿਰ ਆ 50 ਦੇ ਵਿੱਚੋਂ ਜਿਹੜੇ ਟਾਪ ਪੋਲਿਊਸ਼ਨ ਦੇ ਰੇਟ 'ਚ 30 ਇੰਡੀਆ 'ਚ ਹੈ, ਔਰ ਇਹ ਸਾਨੂੰ ਇਸ ਕਰਕੇ ਉਹ ਚੀਜ਼ਾਂ ਨੂੰ ਉੱਥੇ ਕਰਾਉਣਾ ਚਾਹੀਦਾ। ਔਰ ਜਦੋਂ ਇਹ ਇੰਟਰਨੈਸ਼ਨਲ ਐਗਰੀਮੈਂਟਸ ਵੀ ਹੈਗੇ ਆ ਪੋਲਿਊਸ਼ਨ ਰਿਡਕਸ਼ਨ ਦੇ, ਜਿਵੇਂ ਕਿ UN ਐਗਰੀਮੈਂਟ ਹੈ, ਦੂਜੇ ਹੈ, ਫਿਰ
क्लीन वाटर एक्ट बने हैं, फिर अपने क्लीन एयर एक्ट बने हैं, फिर दूजिया चीज़ा सारिया बनिया। पर हूँ देख की गल आती है कि यह सारिया चीज़ा तो तीन ही चीज़ा क्लीन कर दी हैं, एयर, पानी तो लैंड। पर हूँ गल है जिमें अपनी एक कारपोरेट इंडस्ट्री है, देखो कारपोरेट के दो काम है, ये लॉबीज हैं, ये जिहड़ियां प्रो क्लाइमेट कंट्रोल एंड ठीक करने वाली, और इन्हां दी एंटी लॉबीज भी है जिहड़ियां कहिंदे हैं भाई क्लाइमेट कंट्रोल कोई चीज़ नहीं, इट्स ए होक्स, ये एवें झूठ है। और मैं जिन्नी कु मैनू इहदी इनफॉर्मेशन है और जो पिछले 70-80 साल च अपनी लाइफ एक्सपीरियंस तो देख रहे हैं, क्लाइमेट कंट्रोल रियल है और इनू जिहड़ा मिटीगेट करना वो सानू इहदी बहुत जरूरत है। और ये जिहड़ियां कारपोरेट तो बहुत सारे पैसे ते खर्च कर दी है, भाई देखो वो ये कहें भी जे तुसी दुनिया च इन्नी पापूलेशन है उन्हूं तुसी फीड करना है, इंडस्ट्री नूं चलाना है, फायदेमंद चलाना है, तो जिहड़ी क्लाइमेट कंट्रोल है इहदे वास्ते पैसे घट लाओ, रेगुलेशन घट बनाओ। जी बाजवा साहब, अपने को बहुत क्वेश्चन सी, मैनूं पता तुहाडे कोल सोल्यूशन होर भी ने, पर अज वक्त इजाजत नहीं दे रहा। मैं इहदे च एक गल कहनी चाहुंदा जी, भाई एक टाइम नैलसन मंडेला ने यह गल कही सी, एवरी वन हैज़ द राइट टू एन एनवायरमेंट दैट इज़ नॉट हार्मफुल टू देयर हेल्थ और वेलबींग एंड टू हैव दैट एनवायरमेंट प्रोटेक्टेड फॉर फ्यूचर जनरेशन्स। तो उन्हें कहा भी रिड्यूस, रीयूज, रिसाइकल एंड यूज पब्लिक ट्रांसपोर्ट। जी जी जी, बहुत बहुत धन्यवाद बाजवा साहब, मैनू ही नहीं लगता इदू वधिया पोल्यूशन उत्ते कोई इन्नी चंगी तरह इलैबोरेशन कोई कर सकूगा। हले भी क्वेश्चन सीगे पर वक्त इजाजत नहीं दे रहा। बाजवा साहब मेरे को वर्ड नहीं है तुहाडा धन्यवाद करने लई कि तुसी उचेचे तौर पर शिकागो तो आए साडे स्टूडियो, दो तीन वीकां दा तुहाडा ट्रिप सीगा, बहुत बहुत धन्यवाद। नैक्सट टाइम जो आए फिर आप प्रोग्राम लावांगे स्काइप के थ्रू, आप जरूर अड अड विषयों पर आप जो है लाँद रहेंगे। बहुत बहुत धन्यवाद तुहाडा, तुसी आए, धन्यवाद तुहाडा। धन्यवाद जी गुरलाल जी और सारे जस टीवी दे दर्शकों का, और मैनू इत्थे मौका देण दा, और मैं तुहाडे मिलिया तुहानू सब नू, और अपनी तुहाडे प्लेटफॉर्म के थ्रू मैं लोगों तक अपनी अपनी समझ के अनुसार गल पहुँचाई। कोई ना कोई गलती हो जाए तो जां कोई इनफॉर्मेशन लैनी होए तो गुरलाल के थ्रू तुसीं मैनू रीच कर सकदे जी। सत श्री अकाल जी। दर्शकों सन मान्योग डॉक्टर इशपाल सिंह बाजवा जी अज वक्त इजाजत नहीं दे रहा, तुसी अब तो तुहाडा साथ रहा, बहुत वधिया कलना वधिया प्रोग्राम रहा, कल किसी नवी शख्सियत नाल तुहाडे रूबरू होऊंगा, उन्हें चर अपना पूरा ख्याल रखना। मैनू गुरलाल हुंदी इजाजत, मेरे वालों प्यार भरी सत श्री अकाल, नमस्कार, आदाब ते शबाश।